ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਾਪੋ ਆਦ ਸਾਚੋ ਜੁਗਾਦ ਸਾਚੋ ਹੈ ਭੀ ਸਾਚੋ ਨਾਨਕ ਹੋਸੀ ਭੀ ਸਾਚੋ ਆਦ ਸਾਚੋ ਜੁਗਾਦ ਸਾਚੋ ਹੈ ਭੀ ਸਾਚੋ ਨਾਨਕ ਹੋਸੀ ਭੀ ਸਾਚੋ। ਗੁਰੂ ਪਿਆਰੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਪਿਛਲੇ ਕਾਫੀ ਸਮੇਂ ਤੋਂ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਸ਼ਬਦ ਵਿਚਾਰ ਦੇ ਰਾਹੀਂ ਆਪ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਨ ਦਾ ਸਤਿਗੁਰੂ ਜੀ ਉਪਰਾਲਾ ਬਖਸ਼ਿਸ਼ ਕਰਦੇ ਹਨ ਅਤੇ ਇਸੇ ਹੀ ਲੜੀ ਦੇ ਦੌਰਾਨ ਪਿਛਲੀ ਹਾਜ਼ਰੀ ਦੇ ਵਿੱਚ ਸ਼੍ਰੀ ਅਕਾਲ ਉਸਤਤ ਜੀ ਦੀ ਬਾਣੀ ਦੀ ਸੰਪੂਰਨਤਾ ਸਤਿਗੁਰ ਸੱਚੇ ਪਾਤਸ਼ਾਹ ਨੇ ਕਰਵਾਈ ਅਤੇ ਉਸ ਤੋਂ ਅੱਗੇ ਵਿਚਿੱਤਰ ਨਾਟਕ ਦੇ ਰੂਪ ਦੇ ਵਿੱਚ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਦਰਜ ਕੀਤੀ ਹੈ ਉਸ ਦੀ ਵਿਚਾਰ ਅੱਜ ਆਪਾਂ ਆਰੰਭ ਕਰਨ ਜਾ ਰਹੇ ਹਾਂ ਅਤੇ ਪਿਛਲੇ 2 ਹਫ਼ਤੇ ਜੂਨ ਦਾ ਮਹੀਨਾ ਹੋਣ ਕਾਰਨ ਸ਼ਹੀਦੀ ਸਮਾਗਮਾਂ ਦੇ ਵਿੱਚ ਅਤੇ ਪੰਥ ਦੇ ਉੱਪਰ ਜਿਹੜਾ ਘੱਲੂਘਾਰਾ ਵਾਪਰਿਆ ਹੈ ਉਹਦੇ ਪ੍ਰਥਾਏ ਵੱਖੋ ਵੱਖਰੇ ਗੁਰੂ ਘਰਾਂ ਦੇ ਅੰਦਰ ਸੰਗਤਾਂ ਵੱਲੋਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਕਥਾ ਵਿਚਾਰ ਦੇ ਵਾਸਤੇ ਰੁਝੇਵੇਂ ਜ਼ਿਆਦਾ ਹੋਣ ਕਾਰਨ ਆਪ ਸੰਗਤ ਦੇ ਨਾਲ ਜਿਹੜੀ ਹੈ ਉਹ ਆਪਾਂ ਸਾਂਝ ਨਹੀਂ ਕਰ ਸਕੇ ਪਰ ਸਤਿਗੁਰੂ ਕਿਰਪਾ ਕਰਨ ਇਸ ਵਿਚਾਰ ਨੂੰ ਆਪਣੀ ਮਿਹਰ ਆਪਣੀ ਕਿਰਪਾ ਦੁਆਰਾ ਇਸੇ ਤਰ੍ਹਾਂ ਅੱਗੇ ਲੈ ਕੇ ਜਾਣ ਕਿਉਂਕਿ ਉਹ ਵੀ ਕਾਰਜ ਸੰਗਤ 'ਚ ਜ਼ਰੂਰੀ ਨੇ ਅਤੇ ਇਹ ਵੀ ਕਾਰਜ ਆਪਣੇ ਵਾਸਤੇ ਜ਼ਰੂਰੀ ਨੇ। ਸੋ ਅੱਜ ਵਿਚਿੱਤਰ ਨਾਟਕ ਜੀ ਦੀ ਰਚਨਾ ਤੋਂ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸਰਵਣ ਕਰਨ ਦਾ ਆਪਾਂ ਯਤਨ ਕਰਾਂਗੇ। ਸੋ ਸਮਾਂ ਆਪਾਂ ਬਹੁਤਾ ਜ਼ਿਆਦਾ ਨਹੀਂ ਲੈਣਾ, ਜਿੰਨੀ ਕੁ ਸਤਿਗੁਰੂ ਕਿਰਪਾ ਕਰਨਗੇ ਸ਼ਬਦ ਦੀ ਵਿਚਾਰ ਤੁਸ਼ ਬੁੱਧੀ ਅਨੁਸਾਰ ਆਪਾਂ ਕਰਨ ਦਾ ਉਹ ਯਤਨ ਕਰਾਂਗੇ ਜੀ। ਸੋ ਆਪ ਸੰਗਤ ਕਿਰਪਾ ਕਰਕੇ ਅਸੀਸ ਬਖਸ਼ੋ ਕਿ ਸਤਿਗੁਰੂ ਇਸ ਯੋਗ ਬਣਾ ਦੇਣ ਕਿ ਸਤਿਗੁਰੂ ਦੇ ਸ਼ਬਦ ਨੂੰ ਸਮਝ ਸਕੀਏ ਅਤੇ ਆਪਣੀ ਤੁਸ਼ ਬੁੱਧੀ ਅਨੁਸਾਰ ਆਪ ਸੰਗਤ ਦੇ ਨਾਲ ਸਾਂਝਾ ਕਰ ਸਕੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਿਚਿੱਤਰ ਨਾਟਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਬ ਵਿਚਿੱਤਰ ਨਾਟਕ ਗ੍ਰੰਥ ਲਿਖਿਅਤ ਸ਼੍ਰੀ ਮੁਖਵਾਕ ਪਾਤਸ਼ਾਹੀ ਦਸਵੀ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੇ ਕਿਰਪਾ ਕਰ ਰਹੇ ਨੇ। ਰਚਨਾ ਦਾ ਨਾਮ ਸਤਿਗੁਰੂ ਜੀ ਨੇ ਦਰਜ ਕੀਤਾ ਹੈ ਜੀ ਵਿਚਿੱਤਰ ਨਾਟਕ। ਅਤੇ ਇਸ ਰਚਨਾ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਇਸ ਸੰਸਾਰ ਦੀ ਰਚਨਾ ਕਿਵੇਂ ਹੋਈ ਹੈ, ਕਿਵੇਂ ਕਿਵੇਂ ਕੁਦਰਤ ਨੇ ਇਹ ਸਾਰਾ ਪਾਸਾਰਾ ਪਸਾਰਿਆ ਹੈ,
ਤੇ ਇਸ ਦੇ ਨਾਲ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਆਪਣੇ ਆਗਮਨ ਜੀਵਨ ਕਥਾ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਦਰਜ ਕਰਦੇ ਨੇ, ਉਹ ਅੱਗੇ ਚੱਲ ਕੇ ਆਪਾਂ ਸਰਵਣ ਕਰਾਂਗੇ ਕਿ ਕਿਵੇਂ ਕਿਵੇਂ ਕੁਦਰਤ ਨੇ ਇਹ ਸਾਰਾ ਪਸਾਰਾ ਪਸਾਰਿਆ ਤੇ ਕਿਵੇਂ ਕਿਵੇਂ ਜਿਹੜਾ ਹੈ ਉਹ ਸਾਰਾ ਅੰਤ ਹੋਇਆ। ਤੇ ਆਮ ਸੰਗਤਾਂ ਜਦੋਂ ਆਪਾਂ ਬਚਿੱਤਰ ਨਾਟਕ ਜੀ ਦੀ ਰਚਨਾ ਸਰਵਣ ਕਰਦੇ ਹਾਂ ਤੇ ਗੁਰੂ ਕਲਗੀਧਰ ਪਿਤਾ ਜੀ ਦਾ ਜੀਵਨ ਹੀ ਸਟੇਜਾਂ ਤੋਂ ਆਪਾਂ ਸਰਵਣ ਕਰਦੇ ਹਾਂ ਸੰਗਤ ਜੀ, ਪਰ ਇਹ ਬਚਿੱਤਰ ਨਾਟਕ ਦੀ ਜਿਹੜੀ ਲੜੀਵਾਰ ਆਪਾਂ ਸਤਿਗੁਰ ਦੇ ਸ਼ਬਦ ਦੀ ਵਿਚਾਰ ਕਰਾਂਗੇ। ਸੋ ਜਿੱਥੋਂ ਸਤਿਗੁਰ ਜੀ ਆਰੰਭ ਕਰਦੇ ਨੇ ਉੱਥੋਂ ਆਪਾਂ ਚੱਲਾਂਗੇ ਤੇ ਅੱਗੇ ਜਾ ਕੇ ਸਤਿਗੁਰ ਜੀ ਦੇ ਜੀਵਨ ਦੀ ਅਬ ਮੈਂ ਆਪਣੀ ਕਥਾ ਪਖਾਨੋ ਜਿਹੜਾ ਸਤਿਗੁਰ ਜੀ ਦਾ ਆਪਣਾ ਜੀਵਨ ਹੈ ਉਹ ਅੱਗੇ ਚੱਲ ਕੇ ਆਵੇਗਾ ਤੇ ਫਿਰ ਆਪਾਂ ਉਹ ਵੀ ਸਰਵਣ ਜਿਹੜਾ ਹੈ ਉਹ ਸਤਿਗੁਰ ਨੇ ਚਾਹਿਆ ਤੇ ਜ਼ਰੂਰ ਕਰਾਂਗੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਉਸ ਨਿਰੰਕਾਰ ਉਸ ਵਾਹਿਗੁਰੂ ਨੂੰ ਇੱਕ ਓਅੰਕਾਰ ਜਿਹੜਾ ਸਭ ਦਾ ਪਾਲਕ ਹੈ, ਸਭ ਦਾ ਰੱਖਿਅਕ ਹੈ, ਸਭ ਨੂੰ ਬਣਾਉਣ ਵਾਲਾ ਹੈ, ਉਸਨੂੰ ਯਾਦ ਕਰਦੇ ਹਾਂ। ਸਤਿਗੁਰ ਪ੍ਰਸਾਦ ਉਸ ਸੱਚੇ ਸਤਿਗੁਰੂ ਦੀ ਕਿਰਪਾ, ਉਸਦੀ ਮਿਹਰ, ਉਸਦੇ ਪ੍ਰਸਾਦ ਦੇ ਦੁਆਰਾ ਅਬ ਬਚਿੱਤਰ ਨਾਟਕ ਗ੍ਰੰਥ ਲਿਖਿਆ ਤੇ, ਕਿ ਇਹ ਜਿਹੜਾ ਬਚਿੱਤਰ ਨਾਟਕ ਗ੍ਰੰਥ ਹੈ ਉਸ ਇੱਕ ਓਅੰਕਾਰ ਨੂੰ ਯਾਦ ਕਰਦਿਆਂ, ਉਹਦੇ ਚਰਨਾਂ ਦਾ ਧਿਆਨ ਧਰਦਿਆਂ, ਉਹਦੇ ਤੋਂ ਬਲ ਲੈ ਕੇ ਉਹਦੇ ਪ੍ਰਸਾਦ ਉਹਦੀ ਕਿਰਪਾ ਦੇ ਦੁਆਰਾ ਉਹ ਲਿਖਿਆ ਜਾ ਰਿਹਾ ਹੈ। ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ, ਤੇ ਇਹ ਜਿਹੜੇ ਮੁੱਖ ਵਾਕ ਹਨ ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ, ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਜੀ ਦੇ ਹਨ। ਤੇ ਅੱਗੇ ਚੱਲ ਕੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਤੋਏ ਪ੍ਰਸਾਦ ਦੋਹਰਾ, ਤੇਰੀ ਕਿਰਪਾ ਦੇ ਦੁਆਰਾ, ਤੇ ਦੋਹਰੇ ਦੇ ਰੂਪ ਦੇ ਵਿੱਚ ਸਤਿਗੁਰ ਨੇ ਅੱਗੇ ਬਖਸ਼ਿਸ਼ ਕੀਤੀ ਹੈ। ਨਮਸਕਾਰ ਸ੍ਰੀ ਖੜਕ ਕੋ ਕਰੋ ਸੋ ਹਿਤ ਚਿਤ ਲਾਏ, ਪੂਰਨ ਕਰੋ ਗ੍ਰੰਥ ਇਹੋ ਤੁਮ ਮੋਹ ਕਰੋ ਸਹਾਇ। ਤੋ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਨਮਸਕਾਰ ਸ੍ਰੀ ਖੜਗ ਕੋ ਕਰੋ ਸੋ ਹਿਤ ਚਿਤ ਲਾਏ। ਖੜਗ ਜਿਹੜਾ ਸ਼ਬਦ ਸੰਗਤ ਜੀ ਵਰਤਿਆ ਜਾਂਦਾ ਹੈ, ਸ਼੍ਰੀ ਸਾਹਿਬ ਨੂੰ ਵੀ ਕਿਹਾ ਜਾਂਦਾ ਹੈ, ਕਿਰਪਾਨ ਅਸੀਂ ਕਹਿ ਦਿੰਦੇ ਹਾਂ। ਨਮਸਕਾਰ ਸ੍ਰੀ ਖੜਗ ਕੋ ਕਰੋ ਸੋ ਹਿਤ ਚਿਤ ਲਾਏ, ਪਰ ਇੱਥੇ ਸਤਿਗੁਰੂ ਜੀ ਉਸ ਖੜਗ ਰੂਪੀ ਤਾਕਤ ਉਸ ਬਲ ਦਾ ਜ਼ਿਕਰ ਕਰ ਰਹੇ ਨੇ ਕਿ ਇਸ ਧਰਤੀ ਨੂੰ ਚਲਾਉਣ ਵਾਸਤੇ ਇੱਕ ਐਨਰਜੀ ਦੀ, ਇਸ ਇੱਕ ਤਾਕਤ ਦੀ, ਇੱਕ ਬਲ ਦੀ ਲੋੜ ਹੈ। ਜੇਕਰ ਅਸੀਂ ਪ੍ਰੋਗਰਾਮ ਸਰਵਣ ਕਰ ਰਹੇ ਹਾਂ, ਕੰਨਾਂ ਦੇ ਰਾਹੀਂ ਸ਼ਬਦ ਸਰਵਣ ਕਰਦੇ ਹਾਂ, ਤੇ ਕੰਨਾਂ ਨੂੰ ਸੁਣਨ ਵਾਸਤੇ ਤਾਕਤ ਚਾਹੀਦਾ ਹੈ, ਬਲ ਚਾਹੀਦੀ ਹੈ, ਸ਼ਕਤੀ ਚਾਹੀਦੀ ਹੈ। ਕਿਸੇ ਚੀਜ਼ ਨੂੰ ਦੇਖਣਾ ਹੈ ਨੇਤਰਾਂ ਦੁਆਰਾ, ਤੇ ਨੇਤਰਾਂ ਦੀ ਜੋਤ ਚਾਹੀਦੀ ਹੈ, ਨੇਤਰਾਂ 'ਚ ਤਾਕਤ ਚਾਹੀਦੀ ਹੈ, ਸ਼ਕਤੀ ਚਾਹੀਦੀ ਹੈ। ਚੱਲਣ ਵਾਸਤੇ ਪੈਰਾਂ ਦੇ ਵਿੱਚ ਜਾਨ ਚਾਹੀਦੀ ਹੈ, ਤਾਕਤ ਚਾਹੀਦੀ ਹੈ, ਹੱਥਾਂ ਦੇ ਵਿੱਚ ਜਾਨ ਤਾਕਤ ਚਾਹੀਦੀ ਹੈ। ਕਹਿਣ ਤੋਂ ਭਾਵ ਕਿ ਤਾਕਤ ਤੋਂ ਬਗੈਰ, ਬਲ ਤੋਂ ਬਗੈਰ, ਸ਼ਕਤੀ ਤੋਂ ਬਗੈਰ ਕੋਈ ਵੀ ਕਾਰਜ ਕੀਤਾ ਨਹੀਂ ਜਾਂਦਾ। ਟੀਵੀ ਦੇ ਦੁਆਰਾ ਆਪ ਸੰਗਤਾਂ ਸਰਵਣ ਕਰ ਰਹੇ ਹੋ, ਕੈਮਰੇ ਨੇ ਸਿਸਟਮ ਲੱਗਾ ਹੋਇਆ, ਇਹ ਸਾਰਾ ਸਿਸਟਮ ਬਿਜਲੀ ਦੇ ਨਾਲ, ਪਾਵਰ ਦੇ ਨਾਲ ਚੱਲਦਾ ਹੈ। ਭਾਵੇਂ ਜੇ ਬਿਜਲੀ ਬੰਦ ਕਰ ਦਿੱਤੀ ਜਾਵੇ ਤੇ ਇਹ ਸਾਰਾ ਸਿਸਟਮ ਬੰਦ ਹੋ ਜਾਵੇਗਾ, ਜਿੰਨੀ ਦੇਰ ਇਹਦੇ ਅੰਦਰ ਬਿਜਲੀ ਰੂਪੀ ਤਾਕਤ ਨਹੀਂ ਆਵੇਗੀ ਇਹ ਸਿਸਟਮ ਨਹੀਂ ਚੱਲੇਗਾ। ਇਸੇ ਤਰ੍ਹਾਂ ਸਾਡਾ ਸਰੀਰ ਹੈ, ਤਿੰਨ ਵੇਲੇ ਭੋਜਨ ਛਕਦੇ ਹਾਂ, ਗਰਮੀ ਦਾ ਮੌਸਮ ਹੈ ਪਾਣੀ ਪੀਂਦੇ ਹਾਂ, ਠੰਡ ਦਾ ਮੌਸਮ ਹੈ ਗਰਮ ਦੁੱਧ ਗਰਮ ਜਲ ਛਕਦੇ ਹਾਂ। ਭਾਵ ਸਰੀਰ ਨੂੰ ਚਲਾਉਣ ਵਾਸਤੇ ਭੋਜਨ ਦੀ ਲੋੜ ਹੈ, ਤੇ ਭੋਜਨ ਸਰੀਰ ਨੂੰ ਤਾਕਤ ਦਿੰਦਾ ਹੈ, ਤੇ ਉਹ ਤਾਕਤ ਸਾਨੂੰ ਚੱਲਣ ਫਿਰਨ ਵਾਸਤੇ, ਬੋਲਣ ਵਾਸਤੇ, ਸਮਝਣ ਵਾਸਤੇ, ਕਾਰਜ ਕਰਨ ਵਾਸਤੇ ਬਲ ਦਿੰਦੀ ਹੈ। ਤੇ ਜਿਹੜਾ ਵਿਅਕਤੀ ਭੋਜਨ ਛੱਡਣਾ ਛੱਡ ਦੇਵੇ,
ਜਾਂ ਪ੍ਰਸ਼ਾਦਾ ਪਾਣੀ ਨਾ ਛਕੇ ਹੌਲੀ ਹੌਲੀ ਕਮਜ਼ੋਰ ਹੋ ਜਾਂਦਾ ਹੈ, ਭਾਵ ਤਾਕਤ ਨਹੀਂ ਰਹਿੰਦੀ ਤੇ ਖਤਮ ਹੋ ਜਾਂਦਾ। ਸੋ ਜੇਕਰ ਤਾਕਤ ਤੋਂ ਬਗੈਰ ਕੋਈ ਕਾਰਜ ਹੋ ਹੀ ਨਹੀਂ ਸਕਦਾ ਤਾਂ ਫਿਰ ਇਸ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਜਿਹੜਾ ਬਲ ਹੈ, ਜਿਹੜੀ ਤਾਕਤ ਹੈ, ਸਤਿਗੁਰੂ ਜੀ ਉਹਨੂੰ ਸੰਬੋਧਨ ਹੋ ਰਹੇ ਨੇ, ਨਮਸਕਾਰ ਸ੍ਰੀ ਖੜਗ ਕੋ ਕਰੋ ਸੋਹਿਤ ਚਿਤ ਲਾਏ, ਪੂਰਨ ਕਰੋ ਗ੍ਰੰਥ ਇਹੋ ਤੁਮ ਮੋਹ ਕਰੋ ਸਹਾਏ, ਕਿ ਉਸ ਪਰਮਾਤਮਾ ਦੀ ਉਸ ਤਾਕਤ ਨੂੰ, ਉਸ ਬਲ ਨੂੰ, ਉਸ ਖੜਗ ਰੂਪ ਸ਼ਕਤੀ ਨੂੰ ਨਮਸਕਾਰ ਕਰਦਿਆਂ ਇਹ ਬੇਨਤੀ ਕਰ ਰਹੇ ਹਾਂ, ਪੂਰਨ ਕਰੋ ਗ੍ਰੰਥ ਇਹੋ। ਇਹ ਗ੍ਰੰਥ ਤਦ ਹੀ ਪੂਰਨ ਹੋ ਸਕਦਾ ਹੈ ਹੇ ਅਕਾਲ ਪੁਰਖ ਪਰਮਾਤਮਾ, ਜੇਕਰ ਤੇਰੀ ਸ਼ਕਤੀ, ਤੇਰੀ ਤਾਕਤ, ਤੇਰੀ ਬਲ ਉਹ ਖੜਗ ਰੂਪ ਪਰਮਾਤਮਾ ਮੇਰੇ ਨਾਲ ਹੋਵੇ। ਤੇ ਹੁਣ ਭੁਲੇਖਾ ਪਾਉਣ ਵਾਲੀ ਇਹ ਗੱਲ ਕਹਿ ਦਿੰਦੇ ਨੇ ਜੀ ਇਹ ਖੜਗ ਦਾ ਸ਼ਬਦ ਵਰਤਿਆ ਗਿਆ ਹੈ ਕਿਰਪਾਨ ਵਾਸਤੇ ਵਰਤਿਆ ਗਿਆ ਹੈ ਜਾਂ ਕਿਸੇ ਦੇਵੀ ਵਾਸਤੇ ਵਰਤਿਆ ਗਿਆ ਹੈ ਜਿਹੜੇ ਤੋਂ ਵਰਦਾਨ ਮੰਗ ਰਹੇ ਨੇ। ਪਰ ਸਭ ਤੋਂ ਪਹਿਲਾਂ ਸਤਿਗੁਰੂ ਜੀ ਸ਼ੁਰੂਆਤ ਕਰ ਰਹੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿ ਉਸ ਇੱਕ ਓਅੰਕਾਰ, ਉਸ ਵਾਹਿਗੁਰੂ ਤੋਂ ਬਗੈਰ ਕੋਈ ਨਹੀਂ, ਤੇ ਖੜਗ ਰੂਪ, ਤਾਕਤ ਰੂਪ, ਸ਼ਕਤੀ, ਬਲ ਉਸ ਪਰਮਾਤਮਾ ਤੋਂ, ਉਸ ਵਾਹਿਗੁਰੂ ਤੋਂ ਮੰਗਣਾ ਹੈ। ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਦੇਹੋ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਮੰਗਣਾ ਕਿਹਦੇ ਤੋਂ ਹੈ? ਸਿੱਖ ਨੇ ਕਿਹਦੇ ਤੋਂ ਮੰਗਣਾ ਹੈ? ਗੁਰੂ ਤੋਂ ਮੰਗਣਾ ਹੈ ਨਾ। ਤੇ ਗੁਰੂ ਦੇ ਪਿਆਰੇ ਜਿਹੜੇ ਪਰਮਾਤਮਾ ਦਾ ਸਰੂਪ ਨੇ, ਅਕਾਲ ਪੁਰਖ ਨੇ, ਜਿਨ੍ਹਾਂ ਦੀਆਂ ਡਿਊਟੀਆਂ ਲਾ ਕੇ ਭੇਜਿਆ ਹੈ, ਤੇ ਉਹ ਫਿਰ ਆਪਣੇ ਖਸਮ ਤੋਂ, ਆਪਣੇ ਮਾਲਕ ਤੋਂ, ਆਪਣੇ ਨਿਰੰਕਾਰ ਤੋਂ ਹੀ ਮੰਗਣਗੇ ਨਾ, ਕਿਸੇ ਦੇਵੀ ਦੇਵਤੇ ਤੋਂ ਕਿਉਂ ਮੰਗਣਗੇ। ਤੇ ਇੱਥੇ ਸਤਿਗੁਰੂ ਜੀ ਵੀ ਕਿਰਪਾ ਕਰ ਰਹੇ ਨੇ ਕਿ ਉਸ ਵਾਹਿਗੁਰੂ ਨਿਰੰਕਾਰ ਨੂੰ ਬੇਨਤੀ ਕਰ ਰਹੇ ਨੇ, ਨਮਸਕਾਰ ਸ੍ਰੀ ਖੜਗ ਕੋ ਕਰੋ ਸੋ ਹਿਤ ਚਿਤ ਲਾਏ, ਹਿਤ ਚਿਤ ਲਾ ਕੇ ਇੱਕ ਮਨ ਇੱਕ ਚਿਤ ਹੋ ਕਰਕੇ, ਇਕਾਗਰ ਹੋ ਕਰਕੇ ਉਸ ਨਿਰੰਕਾਰ, ਉਸ ਵਾਹਿਗੁਰੂ ਤਾਕਤ ਰੂਪ ਪਰਮਾਤਮਾ ਤੇਰੇ ਤੋਂ ਬਲ ਮੰਗ ਰਿਹਾ ਹਾਂ, ਪੂਰਨ ਕਰੋ ਗ੍ਰੰਥ ਇਹੋ ਤੁਮ ਮੋਹ ਕਰੋ ਸਹਾਏ, ਕਿ ਮੈਂ ਇਹ ਗ੍ਰੰਥ ਪੂਰਨ ਕਰ ਸਕਾਂ, ਮੇਰੀ ਕਿਰਪਾ ਕਰੋ, ਮੇਰੀ ਸਹਾਇਤਾ ਕਰੋ, ਮੈਨੂੰ ਬਲ ਬਖਸ਼ਿਸ਼ ਕਰੋ। ਸ਼੍ਰੀ ਅਕਾਲ ਜੀ ਕੀ ਉਸਤਤ, ਤੇ ਅੱਗੇ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਉਸ ਤਾਕਤ ਨੂੰ, ਉਸ ਬਲ ਨੂੰ, ਉਸ ਸ਼ਕਤੀ ਨੂੰ ਉਹਦੀ ਉਸਤਤ ਕਰ ਰਹੇ ਨੇ ਕਿ ਭਾਈ ਇਸ ਤਾਕਤ ਤੋਂ ਬਗੈਰ ਕੁਝ ਵੀ ਨਹੀਂ ਹੋ ਸਕਦਾ। ਜੇ ਤਾਕਤ ਹੀ ਨਹੀਂ, ਜਾਨ ਹੀ ਨਹੀਂ ਕਿਸੇ ਚੀਜ਼ 'ਤੇ, ਉਹ ਮੁਰਦਾ ਹੈ, ਜਿਉਂਦਾ ਉਹ ਹੈ ਜਿਹਦੇ ਵਿੱਚ ਤਾਕਤ ਹੈ। ਤੇ ਫਿਰ ਉਸ ਪਰਮਾਤਮਾ ਦੀ ਤਾਕਤ ਨੂੰ, ਉਸ ਪਰਮਾਤਮਾ ਦੇ ਬਲ ਨੂੰ ਸਤਿਗੁਰੂ ਜੀ ਅੱਗੇ ਉਹ ਸਾਨੂੰ ਸਮਝਾ ਰਹੇ ਨੇ ਕਿ ਕਿਵੇਂ ਸ਼ਕਤੀ ਰੂਪ, ਤਾਕਤ ਰੂਪ ਉਹ ਪਰਮਾਤਮਾ, ਉਹ ਬਲ ਉਹ ਵਿਚਰਦਾ ਹੈ। ਕਿਉਂਕਿ ਸੰਗਤ ਜੀ ਜਿਹੜਾ ਸਮਾਂ ਚੱਲ ਰਿਹਾ ਸੀ ਨਾ, ਉਸ ਸਮੇਂ ਲੋਕਾਂ ਦੀ ਤਾਕਤ ਮੁੱਕ ਚੁੱਕੀ ਸੀ, ਮੁਰਦਾ ਹੋ ਚੁੱਕੇ ਸਨ ਲੋਕ। ਇਸੇ ਕਰਕੇ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਨੇ ਖੰਡੇ ਦੀ ਪੌਲ ਛਕਾ ਕਰਕੇ ਚਿੜੀਆਂ ਨੂੰ ਬਾਜਾਂ ਦਾ ਮੁਕਾਬਲਾ ਕਰਨ ਦੇ ਯੋਗ ਬਣਾਇਆ। ਇੱਕ ਐਸੀ ਤਾਕਤ, ਇੱਕ ਐਸਾ ਬਲ, ਇੱਕ ਐਸੀ ਸ਼ਕਤੀ ਭਰ ਦਿੱਤੀ ਕਿ 1,25,000 ਸੇ ਏਕ ਲੜਾਉਂ ਤਵੇ ਗੋਬਿੰਦ ਸਿੰਘ ਨਾਮ ਕਹਾਉਂ, ਕਿ 1,25,000 ਦੇ ਨਾਲ ਇਕੱਲਾ ਇਕੱਲਾ ਸਿੰਘ ਲੜ ਪਵੇਗਾ। ਹੱਥ ਤੇ ਉਹਦੇ ਕੋਲ ਵੀ 2 ਹੀ ਨੇ, ਪੈਰ ਉਹਦੇ ਕੋਲ ਵੀ 2 ਹੀ ਨੇ, ਸਰੀਰ ਵੀ ਸਾਡੇ ਵਰਗਾ ਹੀ ਹੈ। ਪਰ ਕਿਹੜੀ ਐਸੀ ਤਾਕਤ ਹੈ ਜਿਹੜੀ 1,25,000 ਦਾ ਮੁਕਾਬਲਾ ਕਰ ਰਹੀ ਹੈ? ਉਹ ਪਰਮਾਤਮਾ ਦਾ ਸ਼ਬਦ ਰੂਪੀ ਬਲ ਤੇ ਸ਼ਸਤਰਾਂ ਦੇ ਰੂਪ ਦੇ ਵਿੱਚ ਸਤਿਗੁਰ ਨੇ ਕਿਰਪਾ ਕਰਕੇ ਜੋ ਤਾਕਤ, ਜੋ ਪਾਵਰ ਭਰ ਦਿੱਤੀ, ਉਸ ਪਾਵਰ ਨੇ ਜ਼ੁਲਮ ਦਾ ਤੇ ਜ਼ਾਲਮ ਦਾ ਨਾਸ਼ ਕੀਤਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੀਰ ਰਸ ਨੂੰ, ਉਸ ਵੀਰਤਾ ਨੂੰ ਸੰਤ ਤੋਂ ਸਿਪਾਹੀ ਬਣਾਉਣ ਦਾ ਜਿਹੜਾ ਸਰੂਪ ਹੈ, ਉਹ ਦਸਮ ਦੀ ਬਾਣੀ 'ਚ ਸਾਨੂੰ ਬਖਸ਼ਿਸ਼ ਕੀਤਾ। ਤੇ ਇਸੇ ਕਰਕੇ ਜੁਝਾਰੂ ਸਿੰਘ, ਮੈਦਾਨੇ ਜੰਗ ਦੇ ਅੰਦਰ ਜੂਝਣ ਵਾਲੇ ਸਿੰਘ, ਉਹ ਇਹਨਾਂ ਬਾਣੀਆਂ ਦਾ ਜਾਪ ਵੀ ਕਰਦੇ ਸਨ ਤੇ ਸ਼ਸਤਰਾਂ ਨੂੰ ਸਿੱਧ ਵੀ ਕਰਦੇ ਸਨ, ਜੋ ਲੋੜ ਪੈਣ 'ਤੇ ਉਹਨਾਂ ਸ਼ਸਤਰਾਂ ਦੁਆਰਾ ਦੁਸ਼ਮਣ ਦਾ ਨਾਸ਼ ਕੀਤਾ ਜਾ ਸਕੇ।
ਤ੍ਰਿਪੱਗੀ ਛੰਦ ਤੇ ਅੱਗੇ ਸਤਿਗੁਰੂ ਜੀ ਤ੍ਰਿਪੱਗੀ ਛੰਦ ਦੇ ਰੂਪ ਦੇ ਵਿੱਚ ਕਿਰਪਾ ਕਰ ਰਹੇ ਹਨ। ਖਗ ਖੰਡ ਬਿਹੰਡੰਗ ਖਲ ਦਲ ਖੰਡੰਗ ਅਤਰਣ ਮੰਡੰਗ ਬਰਬੰਡੰਗ ਭੁਜ ਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਭਾਨ ਪ੍ਰਭੰ ਸੁਖ ਸੰਤਾ ਕਰਣੰ ਗੁਰਮਤ ਦਰਣੰ ਕਿਲਬਿਕ ਹਰਣੰ ਅਸਰਣੰ ਜੈ ਜੈ ਜਗ ਕਾਰਣ ਸ੍ਰਿਸ਼ਟਿ ਉਬਾਰਣ ਮਮ ਪ੍ਰਿਤ ਪਾਰਣ ਜੈ ਤੇ ਗੰ। ਤੋ ਸਤਿਗੁਰੂ ਜੀ ਇਸ ਛੰਦ ਦੇ ਵਿੱਚ ਕਿਰਪਾ ਕਰ ਰਹੇ ਨੇ ਖਗ ਖੰਡ ਬਿਹੰਡੰਗ ਖਲ ਦਲ ਖੰਡੰਗ ਅਤਰਣ ਮੰਡੰਗ ਬਰਬੰਡੰਗ ਉਸ ਤਾਕਤ ਨੂੰ ਉਸ ਬਲ ਨੂੰ ਉਸ ਸ਼ਕਤੀ ਨੂੰ ਸਤਿਗੁਰੂ ਜੀ ਸੰਬੋਧਨ ਹੋ ਰਹੇ ਨੇ। ਖਗ ਖੰਡ ਬਿਹੰਡੰਗ ਖਗ ਕਿਹਾ ਜਾਂਦਾ ਹੈ ਤਲਵਾਰ ਨੂੰ ਖੰਡ ਬਿਹੰਡੰਗ ਜਿਵੇਂ ਤਲਵਾਰ ਟੁਕੜੇ ਟੁਕੜੇ ਕਰ ਦਿੰਦੀ ਹੈ ਟੋਟੇ ਟੋਟੇ ਕਰ ਦਿੰਦੀ ਹੈ ਖਲ ਦਲ ਖੰਡੰਗ ਦੁਸ਼ਮਣਾਂ ਦੇ ਦਲਾਂ ਨੂੰ ਖੰਡਿਤ ਕਰ ਦਿੰਦੀ ਹੈ ਤੋੜ ਦਿੰਦੀ ਹੈ ਭੰਨ ਦਿੰਦੀ ਹੈ ਮਸਲ ਦਿੰਦੀ ਹੈ ਵੱਢ ਦਿੰਦੀ ਹੈ ਟੁੱਕ ਦਿੰਦੀ ਹੈ। ਅਤਰਣ ਮਨ ਮੰਡੰਗ ਬਰਬੰਡੰਗ ਰਣ ਦੇ ਮੈਦਾਨ ਦੇ ਅੰਦਰ ਯੁੱਧ ਨੂੰ ਜਿਹੜਾ ਹੈ ਉਹ ਜੀਵਿਤ ਕਰ ਦਿੰਦੀ ਹੈ। ਯੁੱਧ ਨੂੰ ਜੀਵਿਤ ਕਿਵੇਂ ਕੀਤਾ ਜਾ ਸਕਦਾ? ਇਹਨਾਂ ਸ਼ਬਦਾਂ ਨੂੰ ਸਮਝਣ ਵਾਸਤੇ ਸੰਗਤ ਜੀ ਬਿਰਤੀ ਉੱਥੇ ਲੈ ਕੇ ਜਾਣੀ ਪਵੇਗੀ। ਮੈਦਾਨੇ ਜੰਗ ਦੇ ਅੰਦਰ ਜਦੋਂ ਲੋਹੇ ਤੇ ਲੋਹਾ ਖੜਕਦਾ ਹੈ ਉਸ ਵੇਲੇ ਯੁੱਧ ਸੁਰਜੀਤ ਹੁੰਦਾ ਹੈ ਤੇ ਜਦੋਂ ਤਾਕਤ ਮੁੱਕ ਜਾਂਦੀ ਹੈ ਬਲ ਮੁੱਕ ਜਾਂਦੀ ਹੈ ਯੁੱਧ ਸਮਾਪਤ ਹੋ ਜਾਂਦਾ ਹੈ ਭਾਵ ਯੁੱਧ ਮਰ ਚੁੱਕਾ ਹੈ। ਜਿਉਂਦਾ ਤਾਂ ਤਦ ਹੀ ਹੈ ਨਾ ਜਦੋਂ ਲੜਾਈ ਚੱਲ ਰਹੀ ਹੈ ਤੇ ਜਦੋਂ ਲੜਾਈ ਖਤਮ ਹੋ ਗਈ ਤੇ ਮੁਰਦਾ ਹੋ ਗਿਆ। ਫਿਰ ਸਤਿਗੁਰੂ ਜੀ ਇੱਥੇ ਕਿਰਪਾ ਕਰਦੇ ਨੇ ਕਿ ਉਹ ਤਲਵਾਰ ਜਿਵੇਂ ਟੁਕੜੇ ਟੁਕੜੇ ਕਰ ਦਿੰਦੀ ਹੈ ਦੁਸ਼ਮਣਾਂ ਦੇ ਖੰਡਾਂ ਨੂੰ ਦਲਾਂ ਨੂੰ ਖੰਡਿਤ ਕਰ ਦਿੰਦੀ ਹੈ ਅਤਰਣ ਮੰਡੰਗ ਬਰਬੰਡੰਗ ਤੇ ਯੁੱਧ ਨੂੰ ਸੁਰਜੀਤ ਕਰ ਦਿੰਦੀ ਹੈ ਐਸੀ ਤਾਕਤ ਐਸਾ ਬਲ ਭੁਜ ਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਭਾਨ ਪ੍ਰਭੰ। ਭੁਜ ਦੰਡ ਅਖੰਡੰਗ ਅਖੰਡ ਕਿਹਾ ਜਾਂਦਾ ਹੈ ਕਿ ਜਿਹਦਾ ਅੰਦਾਜ਼ਾ ਨਹੀਂ ਲਾ ਸਕਦੇ ਖੰਡਿਤ ਨਹੀਂ ਕੀਤਾ ਜਾ ਸਕਦਾ। ਭੁਜ ਦੰਡ ਅਖੰਡੰਗ ਕਿ ਭੁਜਾਵਾਂ ਦੇ ਵਿੱਚ ਇੰਨਾ ਕੁ ਅਖੰਡ ਬਲ ਹੈ ਐਡੀ ਕੁ ਤਾਕਤ ਹੈ ਐਡੀ ਕੁ ਜਾਨ ਹੈ ਜਿਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਤੇਜ ਪ੍ਰਚੰਡੰਗ ਤੇਜ ਇੰਨਾ ਕੁ ਪ੍ਰਚੰਡ ਹੈ ਕਿ ਜਿਹੜਾ ਝੱਲਿਆ ਨਹੀਂ ਜਾ ਸਕਦਾ। ਜਿਵੇਂ ਕਿਸੇ ਬਲਬ ਦੀ ਰੌਸ਼ਨੀ ਬਹੁਤ ਜ਼ਿਆਦਾ ਹੋਵੇ ਤਾਂ ਸਾਨੂੰ ਰੌਸ਼ਨੀ ਵੀ ਅੰਨਿਆ ਕਰ ਦਿੰਦੀ ਹੈ। ਇੱਕ ਕਮਰੇ ਦੇ ਅੰਦਰ ਹਜ਼ਾਰਾਂ ਬਲਬ ਜਗਾ ਦਈਏ ਤੇ ਉੱਥੇ ਹਨੇਰਾ ਨਹੀਂ ਹੋਵੇਗਾ ਚਾਨਣ ਹੋਵੇਗਾ ਪਰ ਲੋੜ ਤੋਂ ਵੱਧ ਚਾਨਣ ਵੀ ਦੇਖਣ ਤੋਂ ਅਸਮਰੱਥ ਬਣਾ ਦਿੰਦਾ ਹੈ। ਇਸੇ ਤਰ੍ਹਾਂ ਉਸ ਪਰਮਾਤਮਾ ਦਾ ਪ੍ਰਕਾਸ਼ ਸੱਚ ਦਾ ਪ੍ਰਕਾਸ਼ ਤਾਕਤ ਦਾ ਪ੍ਰਕਾਸ਼ ਇੰਨਾ ਕੁ ਹੈ ਕਿ ਉਸ ਪ੍ਰਕਾਸ਼ ਦੇ ਸਾਹਮਣੇ ਦੂਜੇ ਤੇਜ ਦੂਜੇ ਪ੍ਰਕਾਸ਼ ਉਹ ਜ਼ੀਰੋ ਹੋ ਜਾਂਦੇ ਨੇ ਖਤਮ ਹੋ ਜਾਂਦੇ ਨੇ ਤੇ ਉਸ ਪ੍ਰਕਾਸ਼ ਦੇ ਅੰਦਰ ਕੇਵਲ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆਉਂਦਾ ਹੈ ਕੁਝ ਹੋਰ ਨਜ਼ਰ ਨਹੀਂ ਆਉਂਦਾ। ਤੇਜ ਪ੍ਰਚੰਡਕ ਇੰਨਾ ਕੁ ਪ੍ਰਚੰਡ ਤੇਜ ਹੈ ਉਸ ਤਾਕਤ ਦਾ ਉਸ ਬਲ ਦਾ ਉਸ ਸ਼ਕਤੀ ਦਾ। ਜੋਤ ਅਮੰਡੰਗ ਭਾਨ ਪ੍ਰਭੰ ਜੋਤ ਅਮੰਡੰਗ ਜਿਹੜੀ ਜੋਤ ਸਦਾ ਸੀ ਸਦਾ ਹੈ ਤੇ ਰਹੇਗੀ ਜੋਤ ਸਰੂਪ ਪਰਮਾਤਮਾ ਭਾਨ ਪ੍ਰਭੰਗ ਭਾਨ ਕਿਹਾ ਜਾਂਦਾ ਹੈ ਸੂਰਜ ਨੂੰ ਕਿ ਸੂਰਜ ਦੇ ਤੇਜ ਨੂੰ ਵੀ ਫਿੱਕਾ ਪਾ ਦਿੰਦੀ ਹੈ ਸੂਰਜਾਂ ਦੇ ਵੀ ਸੂਰਜ ਸਰੂਪ ਉਹ ਪ੍ਰਕਾਸ਼ ਹੈ ਉਸ ਪ੍ਰਕਾਸ਼ ਨੂੰ ਸਤਿਗੁਰੂ ਜੀ ਸੰਬੋਧਨ ਹੋ ਕੇ ਉਹ ਜ਼ਿਕਰ ਕਰ ਰਹੇ ਹਨ। ਸੁਖ ਸੰਤਾ ਕਰਣੰਗ ਦੁਰਮਤ ਦਰਣੰਗ ਕਿਲਬਿਕ ਹਰਣੰਗ ਅਸ ਸਰਣੰਗ। ਸੁਖ ਸੰਤਾ ਕਰਣੰਗ ਜਿਹੜੇ ਤੇਰਾ ਨਾਮ ਜਪਦੇ ਨੇ ਜਿਹੜੇ ਸੰਤ ਨੇ ਜਿਨ੍ਹਾਂ ਨੇ ਸੱਤ ਦੇ ਨਾਲ ਆਪਣਾ ਜੀਵਨ ਜੋੜ ਲਿਆ ਤੇਰੇ ਦੱਸੇ ਮਾਰਗ ਤੇ ਚੱਲ ਪਏ ਤੇਰੇ ਹੁਕਮ ਨੂੰ ਧਾਰਨ ਕਰ ਲਿਆ ਜੀਵਨ ਦੇ ਅੰਦਰ। ਸੁਖ ਸੰਤਾਂ ਕਰਨ ਤੇ ਸੰਤਾਂ ਨੂੰ ਜਿਹੜੇ ਤੰਗ ਕਰਦੇ ਨੇ ਸੰਤਾਂ ਨੂੰ ਜਿਹੜੇ ਦੁਸ਼ਟ ਲੋਕ ਤੇਰੇ ਨਾਮ ਤੋਂ ਤੋੜਦੇ ਨੇ ਉਹਨਾਂ ਸੁਖ ਸੰਤਾਂ ਕਰਨ ਸੰਤਾਂ ਨੂੰ ਸੁੱਖ ਦੇਣ ਵਾਲਾ ਆਪਣੇ ਪਿਆਰਿਆਂ ਨੂੰ ਸੁੱਖ ਦੇਣ ਵਾਲਾ ਉਹਨਾਂ ਦੀ ਰੱਖਿਆ ਕਰਨ ਵਾਲਾ। ਦੁਰਮਤ ਦਣੰਗ
ਦੁਰਮਤ ਕਿਹਾ ਜਾਂਦਾ ਹੈ ਮਾੜੀ ਮਤ ਨੂੰ, ਦੁਰਮਤ ਨੂੰ, ਪੁੱਠੀ ਮਤ ਨੂੰ, ਭਾਵ ਗੁਰੂ ਦੇ ਹੁਕਮ ਤੋਂ ਉਲਟ ਚੱਲ ਰਹੀ ਮਤ ਨੂੰ। ਦਰਨੰਗ ਉਹਨਾਂ ਨੂੰ ਖਤਮ ਕਰ ਦੇਣ ਵਾਲੀ, ਦਲਨ ਵਾਲੀ, ਉਹਨਾਂ ਨੂੰ ਮਰਨ ਵਾਲੀ, ਉਹਨਾਂ ਦਾ ਅੰਤ ਦੇਣ ਕਰ ਦੇਣ ਵਾਲੀ। ਕਿਲਬਿਖ ਹਰਨੰਗ ਅਸ ਸਰਨੰਗ, ਕਿਲਬਿਖ ਪਾਪ ਸਾਰੇ ਖਤਮ ਕਰ ਦੇਣ ਵਾਲੀ, ਹਰ ਕਰ ਲੈਣਾ, ਹਰ ਲੈਣਾ, ਹਰਨ ਕਰ ਦੇਣਾ, ਭਾਵ ਉਹਨਾਂ ਨੂੰ ਜਿੱਤ ਲੈਣਾ, ਉਹਨਾਂ ਨੂੰ ਖਤਮ ਕਰ ਦੇਣਾ। ਅਸ ਸਰਨੰਗ ਕਿ ਅਸੀਂ ਤੇਰੀ ਸ਼ਰਨ ਦੇ ਵਿੱਚ ਹਾਂ, ਤੇਰੀ ਸ਼ਰਨ ਦੇ ਵਿੱਚ ਆਏ ਹਾਂ। ਕਿਹਦੀ ਸ਼ਰਨ ਦੇ ਵਿੱਚ ਆਏ ਹਾਂ ਜੀ? ਕਿਸੇ ਦੇਵੀ ਦੀ, ਕਿਸੇ ਦੇਵਤੇ ਦੀ ਨਹੀਂ, ਉਸ ਅਖੰਡ ਤੇਜ ਪ੍ਰਚੰਡ ਰੂਪ ਪਰਮਾਤਮਾ ਦੀ ਤਾਕਤ, ਉਹ ਬਲ ਜਿਹੜਾ ਮੈਦਾਨੇ ਜੰਗ ਦੇ ਅੰਦਰ ਵਿਚਰ ਰਿਹਾ ਹੈ, ਵਰਤ ਰਿਹਾ ਹੈ, ਦੁਸ਼ਮਣਾਂ ਦਾ ਤਾਂ ਪਾਪੀਆਂ ਦਾ ਨਾਸ਼ ਕਰ ਰਿਹਾ ਹੈ, ਸੰਤਾਂ ਦੀ ਰੱਖਿਆ ਕਰ ਰਿਹਾ ਹੈ, ਸੱਚ ਤੇ ਪਹਿਰਾ ਦੇ ਰਿਹਾ ਹੈ, ਤੇ ਪਰਮਾਤਮਾ ਦੇ ਧਰਮ ਦੇ ਝੰਡੇ ਨੂੰ, ਧਰਮ ਦੀ ਧਵਜ ਨੂੰ ਬੁਲੰਦ ਕਰ ਰਿਹਾ ਹੈ, ਉਹਦੀ ਸ਼ਰਨ ਦੇ ਵਿੱਚ ਅਸੀਂ ਹਾਂ ਤੇ ਉਹਨੂੰ ਅਸੀਂ ਨਮਸਕਾਰ ਕਰ ਰਹੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਉਸ ਤਾਕਤ ਨੂੰ, ਉਸ ਬਲ ਨੂੰ ਸੰਬੋਧਨ ਹੋ ਰਹੇ ਨੇ। ਤੇ ਇੱਥੇ ਸੰਗਤ ਜੀ ਹੁਣ ਸ਼ਬਦ ਆਇਆ ਹੈ ਸੁੱਖ ਸੰਤਾਂ ਕਰਨ, ਕਿ ਸੰਤਾਂ ਨੂੰ ਸੁੱਖ ਦੇਣ ਵਾਲਾ। ਤੇ ਅੱਜ ਦੇ ਜਿਹੜੇ ਸੱਚ ਦੇ ਪ੍ਰਚਾਰਕ ਬਣੇ ਬੈਠੇ ਨੇ ਤੇ ਉਹ ਮੁੱਢੋਂ ਰੱਦ ਕਰਨ ਲੱਗ ਪਏ ਨੇ ਜੀ, ਸੰਤ ਹੁੰਦਾ ਹੀ ਕੋਈ ਨਹੀਂ, ਸਾਧ ਹੁੰਦਾ ਹੀ ਕੋਈ ਨਹੀਂ, ਇਹ ਸਭ ਝੂਠ ਹੈ, ਪਰਮਾਤਮਾ ਹੀ ਸੰਤ ਹੈ, ਪਰਮਾਤਮਾ ਹੀ ਸਾਧ ਹੈ। ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਹਨੂੰ ਸੁੱਖ ਦੇਣ ਦੀ ਗੱਲ ਕਰ ਰਹੇ ਨੇ? ਜੇ ਪਰਮਾਤਮਾ ਆਪ ਹੀ ਸੰਤ ਹੈ, ਪਰਮਾਤਮਾ ਆਪ ਹੀ ਸਾਧੂ ਹੈ, ਪਰਮਾਤਮਾ ਆਪ ਹੀ ਜਿਹੜਾ ਹੈ ਉਹ ਮਹਾਂਪੁਰਖ ਹੈ, ਤੇ ਫਿਰ ਸੁੱਖ ਕਿਹਨੂੰ ਦੇਣਾ ਹੈ ਭਾਈ? ਉਹ ਤੇ ਆਪ ਹੀ ਸਾਰਾ ਕੁਝ ਹੈ। ਇਹ ਸ਼ਬਦ ਉਹਦੇ ਵਾਸਤੇ ਵੀ ਵਰਤੇ ਜਾਂਦੇ ਨੇ, ਉਸ ਨਿਰੰਕਾਰ ਵਾਸਤੇ ਵੀ ਵਰਤੇ ਜਾਂਦੇ ਨੇ, ਪਰ ਜਿਹੜੇ ਉਸ ਪਰਮਾਤਮਾ ਦਾ ਨਾਮ ਜਪਦੇ ਨੇ, ਜਿਹੜੇ ਉਹਦੇ ਹੁਕਮ ਦੇ ਅੰਦਰ ਰਹਿ ਰਹੇ ਨੇ, ਜਿਹੜੇ ਉਹਦੇ ਹੁਕਮ ਦੀ ਪਾਲਣਾ ਕਰਦੇ ਨੇ, ਜਿਹਨਾਂ ਨੇ ਸੱਚ ਦੇ ਨਾਲ, ਸੱਤ ਦੇ ਨਾਲ ਆਪਣੇ ਆਪ ਨੂੰ ਜੋੜ ਲਿਆ, ਉਹਨਾਂ ਸੰਤਾਂ, ਉਹਨਾਂ ਮਹਾਂਪੁਰਖਾਂ ਦੀ ਗੱਲ ਸਤਿਗੁਰੂ ਜੀ ਇੱਥੇ ਕਰ ਰਹੇ ਨੇ, ਕਿ ਭਾਵ ਜਿਹੜੇ ਤੇਰੇ ਭਾਣੇ ਦੇ ਅੰਦਰ, ਤੇਰੀ ਭੈ ਭਾਵਨਾ ਦੇ ਅੰਦਰ ਆ ਕੇ ਤੇਰੇ ਹੁਕਮ ਦਾ ਝੰਡਾ ਬੁਲੰਦ ਕਰ ਰਹੇ ਨੇ, ਤੇਰੇ ਦੱਸੇ ਰਸਤੇ ਤੇ ਚੱਲ ਰਹੇ ਨੇ, ਇਸ ਮਾਤ ਲੋਕ ਦੇ ਵਿੱਚ ਵੀ ਤੇ ਇਸ ਤੋਂ ਅੱਗੇ ਵੀ, ਜਿਹੜੇ ਤੇਰੇ ਨਾਲ ਜੁੜੇ ਹੋਏ ਨੇ, ਜਦੋਂ ਉਹਨਾਂ ਨੂੰ ਕੋਈ ਤੰਗ ਕਰਦਾ ਹੈ, ਪੁੱਠੀ ਮਤ ਵਾਲੇ ਉਹਨਾਂ ਤੇ ਚੜ ਕੇ ਆਉਂਦੇ ਨੇ, ਤੇ ਫਿਰ ਤੇਰੀ ਤਾਕਤ, ਤੇਰੀ ਸ਼ਕਤੀ, ਤੇਰਾ ਬਲ ਉਹਨਾਂ ਦੀ ਰੱਖਿਆ ਕਰਦਾ ਹੈ। ਸੋ ਸਤਿਗੁਰੂ ਜੀ ਇੱਥੇ ਉਹ ਸਾਨੂੰ ਸਮਝਾ ਰਹੇ ਨੇ ਕਿ ਭਾਈ, ਉਸ ਪਰਮਾਤਮਾ ਦਾ ਨਾਮ ਲੈਣ ਵਾਲੇ, ਉਸ ਵਾਹਿਗੁਰੂ ਤੇ ਭਰੋਸਾ ਰੱਖਣ ਵਾਲਿਆਂ ਦੀ ਫਿਰ ਉਹ ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਯੁਗਾਂ ਯੁਗਾਂ 'ਚ ਆਪਣੇ ਭਗਤ ਪੈਦਾ ਕਰਦਾ ਆਇਆ ਤੇ ਆਪਣੇ ਭਗਤਾਂ ਦੀ ਫਿਰ ਉਹ ਰੱਖਿਆ ਵੀ ਕਰਦਾ ਆਇਆ। ਸੋ ਸਤਿਗੁਰੂ ਜੀ ਉਹਦਾ ਜ਼ਿਕਰ ਕਰ ਰਹੇ ਨੇ। ਜੈ ਜੈ ਜਗ ਕਾਰਣ ਸ੍ਰਿਸ਼ਟੀ ਉਬਾਰਣ ਮਮ ਪ੍ਰਿਤ ਪਾਰਣ ਜੈ ਤੇ ਗੰ। ਤੇ ਸਤਿਗੁਰੂ ਜੀ ਫਿਰ ਕਹਿ ਰਹੇ ਨੇ ਕਿ ਜੈ ਜੈ ਜਗ ਕਾਰਣ, ਇਸ ਜਗ ਦੀ ਕਾਰਕ ਰੂਪ ਸ਼ਕਤੀ ਜਿਹਦੇ ਬਲ ਦੇ ਨਾਲ ਇਹ ਸਾਰਾ ਜਗ ਸਾਰਾ ਪਾਸਾਰਾ ਚੱਲ ਰਿਹਾ ਹੈ, ਸ੍ਰਿਸ਼ਟ ਉਬਾਰਣ ਇਸ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੀ, ਸ੍ਰਿਸ਼ਟੀ ਨੂੰ ਚਲਾਉਣ ਵਾਲੀ, ਸ੍ਰਿਸ਼ਟੀ ਨੂੰ ਭਰਨ ਵਾਲੀ, ਪਾਲਣ ਪੋਸ਼ਣ ਕਰਨ ਵਾਲੀ ਉਸ ਤਾਕਤ ਨੂੰ, ਉਸ ਸ਼ਕਤੀ ਨੂੰ, ਉਸ ਬਲ ਨੂੰ ਮਮ ਪ੍ਰਿਤ ਪਾਰਣ ਜੈ ਤੇਗੰ, ਕਿ ਉਸ ਤੇਗ ਰੂਪ ਸ਼ਕਤੀ ਨੂੰ ਪਰਮਾਤਮਾ ਜੀ ਅਸੀਂ ਨਮਸਕਾਰ ਕਰਦੇ ਹਾਂ, ਉਸ ਨੂੰ ਅਸੀਂ ਵਾਰੰਵਾਰ ਪ੍ਰਣਾਮ ਕਰਦੇ ਹਾਂ ਕਿ ਜਿਹੜੀ ਇਸ ਸਭ ਦਾ ਪਾਲਣ ਕਰਨ ਵਾਲੀ ਹੈ ਤੇ ਸ੍ਰਿਸ਼ਟੀ ਦੇ ਰੂਹ ਭਰਨ ਵਾਲੀ ਜਿਹੜੀ ਤਾਕਤ ਹੈ ਉਹ ਬਲ ਹੈ, ਉਸ ਨੂੰ ਅਸੀਂ ਨਮਸਕਾਰ ਕਰਦੇ ਹਾਂ। ਭੁਜੰਗ ਪ੍ਰਿਆਤ ਛੰਦ, ਤੇ ਅੱਗੇ ਸਤਿਗੁਰੂ ਜੀ ਭੁਜੰਗ ਪ੍ਰਿਆਤ ਛੰਦ ਦੇ ਰੂਪ ਦੇ ਵਿੱਚ ਜਿਹੜਾ ਹੈ ਉਹ ਉਸ ਤਾਕਤ, ਉਸ ਬਲ ਦੇ ਬਾਰੇ ਕੀ ਕਹਿ ਰਹੇ ਨੇ, ਸਰਵਣ ਕਰਦੇ ਹਾਂ ਜੀ।
ਸਦਾ ਏਕ ਜੋਤੰ ਅਜੂਨੀ ਸਰੂਪੰ ਮਹਾਦੇਵ ਮਹਾਰੂਪ ਭੂਪੰ ਨਿਰੰਕਾਰ ਨਿਰੰਤੰ ਨਿਰੂਪੰ ਨਿਰਵਾਣੰ ਕਲਕਾਰਣੇਯੰ ਨਮੋ ਖੜਗ ਪਾਣੰ ਨਿਰੰਕਾਰ ਨਿਰਵਿਕਾਰ ਨਿਰੰਤੰ ਨਿਰਾਲੰ ਨ ਬ੍ਰਿਦੰ ਵਿਸ਼ੇਖੰ ਨ ਤਰੁਣੰ ਨ ਬਾਲੰ ਨਰੰਕੰ ਨਾਰਾਯਣ ਨ ਰੂਪੰ ਨ ਰੇਖੰ ਨ ਰੰਗੰ ਨ ਰਾਗੰ ਅਪਾਰ ਅਪੇਖੰ। ਸੋ ਸਤਿਗੁਰੂ ਜੀ ਉਸ ਤਾਕਤ ਦਾ, ਉਸ ਬਲ ਦਾ, ਉਸ ਸ਼ਕਤੀ ਦਾ ਇੱਥੇ ਜ਼ਿਕਰ ਕਰ ਰਹੇ ਨੇ। ਜਿਵੇਂ ਸੰਗਤ ਜੀ ਜਾਪ ਸਾਹਿਬ ਜੀ ਦੀ ਬਾਣੀ ਆਪਾਂ ਸਰਵਣ ਕਰਦੇ ਹਾਂ, ਨਿਤਨੇਮ ਜਾਪ ਜੀ ਪੜ੍ਹਦੇ ਹੋਵੋਂਗੇ, ਸਰਵਣ ਕਰਦੇ ਹੋਵੋਂਗੇ, ਨਾ ਰੂਪ ਹੈ, ਨਾ ਰੰਗ ਹੈ, ਨਾ ਰੇਖ ਹੈ, ਨਾ ਰਾਗ ਭੇਖ ਹੈ। ਸਤਿਗੁਰੂ ਜੀ ਜ਼ਿਕਰ ਕਰਦੇ ਆ ਨਾ ਕਿ ਉਹ ਰੂਪਾਂ ਰੰਗਾਂ ਤੋਂ ਭੇਖਾਂ ਤੋਂ ਨਿਰਾਲਾ ਹੈ। ਸੋ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਵੀ ਜ਼ਿਕਰ ਕਰ ਰਹੇ ਨੇ, ਸਦਾ ਏਕ ਜੋਤੰ ਅਜੂਨੀ ਸਰੂਪੰ, ਹਮੇਸ਼ਾ ਇੱਕ ਸੀ, ਇੱਕ ਹੈ ਤੇ ਇੱਕ ਰਹੇਗਾ। ਤੇ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਜੀ ਦਸਮ ਗ੍ਰੰਥ ਦੀ ਬਾਣੀ ਪੜ੍ਹਨ ਯੋਗ ਨਹੀਂ, ਇਹਦੇ 'ਚ ਹੋਰ ਕੋਈ ਗੱਲ ਲਿਖੀ ਹੋਈ ਹੈ, ਉਹ ਇਸ ਸ਼ਬਦ ਨੂੰ ਮੈਨੂੰ ਦੱਸ ਸਕਦੇ ਹੋਣਗੇ। ਸਦਾ ਏਕ ਜੋਤੰ, ਕਿ ਜਿਹੜਾ ਹਮੇਸ਼ਾ ਇੱਕ ਸੀ ਤੇ ਇੱਕ ਹੈ। ਗੁਰੂ ਗ੍ਰੰਥ ਸਾਹਿਬ ਜੀ ਕੀ ਗੱਲ ਕਰ ਰਹੇ ਨੇ, ਇੱਕ ਓਅੰਕਾਰ, ਤੇ ਸ਼੍ਰੀ ਦਸਮ ਗ੍ਰੰਥ ਦੇ ਅੰਦਰ ਸਤਿਗੁਰੂ ਜੀ ਕੀ ਕਹਿ ਰਹੇ ਨੇ, ਸਦਾ ਏਕ ਜੋਤੰ। ਸ਼ਬਦਾਂ ਦਾ ਫਰਕ ਹੈ ਪਰ ਭਾਵ ਅਰਥ ਕੀ ਹੈ, ਜਿਹੜਾ ਇੱਕ ਸੀ ਇੱਕ ਹੈ ਤੇ ਇੱਕ ਜੋਤ ਸਰੂਪ ਹਮੇਸ਼ਾ ਰਹੇਗਾ, ਤੇ ਫਿਰ ਫਰਕ ਸੰਗਤ ਜੀ ਕਿਵੇਂ ਹੋ ਸਕਦਾ ਹੈ, ਮਨ ਦਾ ਭੁਲੇਖਾ ਹੋ ਗਿਆ ਨਾ। ਸਦਾ ਏਕ ਜੋਤੰ ਅਜੂਨੀ ਸਰੂਪੰ, ਅਜੂਨੀ ਜਿਹੜਾ ਜੂਨਾ ਤੋਂ ਮੁਕਤ ਹੈ, ਸਾਡੇ ਵਾਂਗ ਜੰਮਦਾ ਮਰਦਾ ਨਹੀਂ। ਤੇ ਇੱਥੇ ਮੈਂ ਥੋੜਾ ਜਿਹਾ ਇਸ ਗੱਲ ਨੂੰ ਖੋਲ੍ਹਣਾ ਚਾਹਾਂਗਾ, ਅਜੂਨੀ ਸਰੂਪੰ, ਕਿ ਜਿਹੜਾ ਜੂਨਾ ਤੋਂ ਮੁਕਤ ਹੈ, ਜੂਨਾ 'ਚ ਨਹੀਂ ਆਉਂਦਾ, ਜੂਨਾ ਤੋਂ ਨਿਰਾਲਾ ਹੈ। ਤੇ ਫਿਰ ਇਸ ਗੱਲ ਨੂੰ ਜੇਕਰ ਸੰਗਤ ਜੀ ਖੋਲ੍ਹਣਾ ਹੋਵੇ ਵੀ ਜਿਹੜਾ ਜੂਨਾ 'ਚ ਨਹੀਂ ਆਉਂਦਾ, ਜੂਨਾ ਤੋਂ ਨਿਰਾਲਾ ਹੈ, ਭਾਵ ਜੂਨਾ ਹੁੰਦੀਆਂ ਹੋਣਗੀਆਂ ਨਾ, ਤਦੇ ਵੀ ਉਹਨਾਂ ਤੋਂ ਮੁਕਤ ਹੈ ਨਾ, ਤਦੇ ਉਹਨਾਂ ਤੋਂ ਨਿਰਾਲਾ ਹੈ ਜਿਹੜਾ ਜੂਨਾ 'ਚ ਪੈਂਦਾ ਨਹੀਂ, ਜੂਨਾ ਹੈਗੀਆਂ ਨੇ। ਤੇ ਜਿਹੜੇ ਪ੍ਰਚਾਰਕ ਸੱਚ ਦਾ ਢੰਡੋਰਾ ਪਿੱਟਦੇ ਰੌਲਾ ਪਾ ਰਹੇ ਨੇ, ਜੀ ਜੂਨਾ ਹੁੰਦੀਆਂ ਹੀ ਨਹੀਂ, ਜੂਨੀ ਹੋ ਹੀ ਨਹੀਂ ਸਕਦੀ, 84 ਕਿਵੇਂ ਕੱਟੀ ਜਾ ਸਕਦੀ ਹੈ, ਗੋਇੰਦਵਾਲ ਸਾਹਿਬ ਜੀ ਦੀ ਬੌਲੀ ਝੂਠੀ ਹੈ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਫਿਰ ਬਾਣੀ 'ਚ ਝੂਠ ਕਿਵੇਂ ਲਿਖ ਸਕਦੇ ਨੇ, ਅਜੂਨੀ ਸਰੂਪੰ, ਕਿ ਅਜੂਨੀ ਜੂਨਾ ਤੋਂ ਮੁਕਤ ਹੈ, ਜੂਨਾ 'ਚ ਆਉਂਦਾ ਨਹੀਂ, ਭਾਵ ਜਿਹੜਾ ਪਰਮਾਤਮਾ ਉਹਨਾਂ ਜੂਨਾ ਤੋਂ ਮੁਕਤ ਹੈ, ਤੇ ਉਹਦੇ ਤੋਂ ਇਲਾਵਾ ਫਿਰ ਜੂਨਾ ਹੈਗੀਆਂ ਨੇ, ਜਿਹੜਾ ਉਹਨਾਂ ਤੋਂ ਮੁਕਤ ਹੈ, ਤੇ ਜਿਹੜਾ ਉਹਨਾਂ ਤੋਂ ਮੁਕਤ ਨਹੀਂ, ਉਹ ਫਿਰ ਜੂਨਾ 'ਚ ਭਰਮਦਾ ਹੈ, ਜੂਨਾ 'ਚ ਜੰਮਦਾ ਹੈ, ਜੂਨਾ 'ਚ ਖਤਮ ਹੁੰਦਾ ਹੈ। ਤੇ ਜੇਕਰ ਜੂਨਾ ਹੈਗੀਆਂ ਨੇ, ਤੇ ਫਿਰ ਸਤਿਗੁਰ ਦੇ ਬਚਨ ਝੂਠੇ ਕਿਵੇਂ ਹੋ ਗਿਆ, ਕਿ ਭਾਈ ਜੇਕਰ ਆਪ ਜੀ ਸਤਿਗੁਰ ਦਾ ਧਿਆਨ ਧਰ ਕੇ ਇਹ 84 ਪੌਡਿਆਂ ਦੇ ਪਾਠ ਕਰੋਗੇ ਤੇ ਤੁਹਾਡੀ 84 ਕੱਟੀ ਜਾਵੇਗੀ, 84 ਲੱਖ ਜੂਨ ਦਾ ਛੁਟਕਾਰਾ ਹੋ ਜਾਵੇਗਾ, ਫਿਰ ਕਿਹੜੇ ਸਿਧਾਂਤ ਦੇ ਉੱਪਰ ਸੰਗਤ ਜੀ ਉਹਨੂੰ ਝੂਠਾ ਕਿਹਾ ਜਾ ਰਿਹਾ? ਪੁੱਛਣਾ ਫਰਜ਼ ਬਣਦਾ ਹੈ ਨਾ ਫਿਰ ਆਪਣਾ। ਤੇ ਜੇਕਰ ਅਸੀਂ ਪੁੱਛਾਂਗੇ ਤੇ ਫਿਰ ਇਹ ਹੋ ਜਾਏਗਾ ਜੀ ਸਾਨੂੰ ਪ੍ਰਚਾਰ ਨਹੀਂ ਕਰਨ ਦਿੰਦੇ, ਸਾਨੂੰ ਸਵਾਲ ਜਵਾਬ ਕਰਦੇ ਨੇ। ਪਰ ਇੱਥੇ ਸਤਿਗੁਰ ਦੀ ਬਾਣੀ ਕਹਿ ਰਹੀ ਹੈ, ਤੇ ਸਤਿਗੁਰ ਦੀ ਬਾਣੀ ਜਦੋਂ ਕਹਿ ਰਹੀ ਹੈ ਕਿ ਭਾਈ ਜੂਨਾ ਹੁੰਦੀਆਂ ਨੇ, ਤੇ ਫਿਰ ਅਸੀਂ ਕਿਵੇਂ ਮੋਹਰ ਲਾ ਰਹੇ ਹਾਂ ਜੀ ਜੂਨਾ ਤੇ ਹੁੰਦੀਆਂ ਹੀ ਨਹੀਂ, ਇਹ ਸਭ ਝੂਠ ਹੈ। ਉੱਥੇ ਤੇ ਪਾਣੀ ਦੀ ਕਿੱਲਤ ਸੀ, ਇਸ ਕਰਕੇ ਜਿਹੜੀ ਹੈ ਉਹ ਬੋਲੀ ਖਦਵਾਈ ਗਈ। ਉਹਦੇ ਮੁੱਢ ਗੁਰਮੁਖ ਪਿਆਰਿਓ ਬਿਆਸ ਦਰਿਆ ਚੱਲਦਾ ਹੈ, ਉਹਨਾਂ ਸਮਿਆਂ ਦੇ ਵਿੱਚ ਲੋਕ ਕਿੱਥੇ ਆਏ ਮਰ ਜਾਂਦੇ ਸਨ। ਸਤਿਗੁਰ ਸੱਚੇ ਪਾਤਸ਼ਾਹ ਨੇ ਬੋਲੀ ਦੀ ਖਦਵਾਈ ਕਿਉਂ ਕਰਵਾਈ? ਕਿ ਪਾਣੀ ਦਾ ਸੋਮਾ ਕੋਈ ਹੋਰ ਹੈ ਨਹੀਂ ਸੀ, ਕੋਈ ਬਾਰਿਸ਼ਾਂ ਕੋਈ ਨਦੀਆਂ ਨਾਲੇ ਨਹੀਂ ਸਨ ਵਗਦੇ? ਕੇਵਲ ਤੇ ਕੇਵਲ ਗੁਰੂ ਦੇ ਇਤਿਹਾਸ ਨਾਲੋਂ, ਗੁਰੂ ਦੇ ਬਚਨਾਂ ਨਾਲੋਂ, ਗੁਰੂ ਦੀਆਂ ਬਰਕਤਾਂ ਨਾਲੋਂ ਤੋੜਨ ਵਾਸਤੇ ਇਹ ਭੁਲੇਖੇ ਪਾਏ ਜਾਂਦੇ ਨੇ। ਸੋ ਰਹੁ ਵਿਚਾਰ ਮੇਰਾ, ਇਹ ਵਿਸ਼ਾ ਨਹੀਂ ਪਰ ਸ਼ਬਦ ਆ ਗਿਆ ਕਰਕੇ ਆਪ ਜੀ ਦੇ ਨਾਲ ਸਾਂਝ ਕਰਨੀ ਜ਼ਰੂਰੀ ਬਣ ਜਾਂਦੀ ਹੈ।
ਸਦਾ ਏਕ ਜੋਤੰ ਅਜੂਨੀ ਸਰੂਪੰ, ਜਿਹੜਾ ਇੱਕ ਜੋਤ ਹੈ ਅਜੂਨਾਂ ਤੋਂ ਮੁਕਤ ਹੈ, ਜੂਨਾਂ ਦੇ ਵਿੱਚ ਨਹੀਂ ਆਉਂਦਾ ਭਾਈ। ਮਹਾਦੇਵ ਦੇਵੰ ਮਹਾਭੂਪ ਭੂਪੰ, ਜਿਹੜਾ ਦੇਵਤਿਆਂ ਦਾ ਵੀ ਦੇਵ ਹੈ, ਮਹਾਦੇਵਾਂ ਦਾ ਵੀ ਦੇਵ ਹੈ। ਭੂਪ ਕਿਹਾ ਜਾਂਦਾ ਹੈ ਰਾਜਿਆਂ ਨੂੰ, ਕਿ ਰਾਜਿਆਂ ਦਾ ਵੀ ਰਾਜਾ, ਮਹਾਰਾਜਿਆਂ ਦਾ ਵੀ ਮਹਾਰਾਜਾ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਸ਼ਬਦ ਸਰਵਣ ਕਰਦੇ ਆ ਨਾ, ਕੀਰਤਨੀ ਸਿੰਘ ਪੜ੍ਹਦੇ ਨੇ। ਸੋ ਸਤਿਗੁਰੂ ਜੀ ਇੱਥੇ ਜ਼ਿਕਰ ਕਰ ਰਹੇ ਨੇ ਕਿ ਉਹ ਪਰਮਾਤਮਾ, ਉਹ ਵਾਹਿਗੁਰੂ ਜਿਹੜਾ ਇੱਕ ਜੋਤ ਹੈ, ਜੂਨਾਂ ਤੋਂ ਮੁਕਤ ਹੈ, ਜੂਨਾਂ 'ਚ ਨਹੀਂ ਆਉਂਦਾ, ਮਹਾਦੇਵਾਂ ਦਾ ਵੀ ਦੇਵ ਹੈ, ਮਹਾਦੇਵ ਸਭ ਤੋਂ ਸਰਵੋਤਮ ਹੈ, ਸਭ ਤੋਂ ਉੱਪਰ ਹੈ, ਮਹਾਭੂਪ ਭੂਪੰਗ, ਤੇ ਰਾਜਿਆਂ ਦਾ ਵੀ ਰਾਜਾ ਹੈ। ਨਿਰੰਕਾਰ ਨਿਰੰਤਰ ਨਿਰੂਪੰ ਨਿਰਵਾਣੰ ਕਲ ਕਾਰਣੇਯੰ ਨਮੋ ਖੜਗ ਪਾਣੰ। ਨਿਰੰਕਾਰ ਉਹ ਪਰਮਾਤਮਾ ਜਿਸ ਦਾ ਆਕਾਰ ਨਹੀਂ, ਭਾਵ ਕਿ ਕਿਸੇ ਆਕਾਰ 'ਚ ਨਹੀਂ ਅਸੀਂ ਉਹਨੂੰ ਬੰਨ ਸਕਦੇ ਜੀ, ਉਹ ਛੋਟਾ ਹੈ, ਉਹ ਵੱਡਾ ਹੈ, ਉਹ ਇਹੋ ਜਿਹਾ, ਉਹ ਇਹੋ ਜਿਹਾ। ਨਿਰੰਕਾਰ ਜਿਸ ਦਾ ਕੋਈ ਆਕਾਰ ਨਹੀਂ, ਸੂਖਮ ਤੋਂ ਸੂਖਮ ਹੈ ਤੇ ਵੱਡੇ ਤੋਂ ਵੱਡਾ ਹੈ। ਸੂਖਮ ਵੀ ਹੈ, ਅਸਥੂਲ ਵੀ ਹੈ, ਦੀਦਾ ਵੀ ਹੈ, ਦੀਦਾ ਵੀ ਨਹੀਂ, ਹਵਾ ਦੇ ਵਿੱਚ ਹੈ, ਪਾਣੀ ਦੇ ਵਿੱਚ ਹੈ, ਸੂਰਜ ਦੇ ਵਿੱਚ ਹੈ, ਚੰਨ ਦੇ ਵਿੱਚ ਹੈ, ਇਨਸਾਨਾਂ ਦੇ ਵਿੱਚ ਹੈ, ਪ੍ਰਕਿਰਤੀ ਦੇ ਵਿੱਚ ਹੈ, ਪੌਦਿਆਂ ਦੇ ਵਿੱਚ ਹੈ, ਜਾਨਵਰਾਂ ਦੇ ਵਿੱਚ ਹੈ, ਕਿਹੜੀ ਚੀਜ਼ ਦੇ ਵਿੱਚ ਉਹਦਾ ਅੰਸ਼ ਨਹੀਂ। ਨਜ਼ਰੀ ਵੀ ਆਉਂਦਾ ਹੈ ਤੇ ਨਜ਼ਰੀ ਨਹੀਂ ਵੀ ਆਉਂਦਾ, ਉਹ ਤੇ ਤੋਂ ਵੱਖ ਨਹੀਂ, ਤੇਰੀ ਦੇਖਣ ਵਾਲੀ ਅੱਖ ਨਹੀਂ, ਭਾਵ ਕਿ ਸਾਨੂੰ ਨਜ਼ਰ ਨਹੀਂ ਆਉਂਦਾ ਪਰ ਉਹ ਹਰ ਛਾਂ ਦੇ ਮੌਜੂਦ ਹੈ। ਨਿਰੰਕਾਰ ਪਰ ਉਹ ਆਕਾਰਾਂ ਦਾ ਵੱਧਾ ਹੋਇਆ ਨਹੀਂ ਕਿ ਕਿਸੇ ਇੱਕ ਆਕਾਰ 'ਚ ਬੈਠਾ ਜੀ ਪਰਮਾਤਮਾ ਇਹਦੇ ਵਿੱਚ ਹੈਗਾ ਤੇ ਇਹਦੇ ਵਿੱਚ ਨਹੀਂ, ਉਹ ਆਕਾਰਾਂ ਤੋਂ ਮੁਕਤ ਹੈ। ਨਿਰੰਕਾਰ ਜਿਹੜਾ ਸਰੂਪ ਰਹਿਤ ਹੈ, ਨਿਰਵਾਣ ਨਿਰਵਾਣ ਸਰੂਪ ਹੈ ਜਿਹਦੇ ਬਾਰੇ ਅਸੀਂ ਦੱਸ ਹੀ ਨਹੀਂ ਸਕਦੇ, ਸ਼ਕਤੀ ਦਾ ਕਾਰਨ ਸਰੂਪ ਹੈ। ਨਿਰੰਕਾਰ ਨਿਰੰਤਰ ਨਿਰਵਾਣ ਨਿਰੂਪੰ ਕਲ ਕਾਰਣੇਯੰ ਨਮੋ ਖੜਗ ਪਾਣੰ, ਉਹ ਪਰਮਾਤਮਾ ਜਿਹੜਾ ਸ਼ਕਤੀ ਦਾ ਸਰੂਪ ਹੈ, ਸ਼ਕਤੀ ਦਾ ਮਾਲਕ ਹੈ, ਸ਼ਕਤੀ ਨੂੰ ਪੈਦਾ ਕਰਨ ਵਾਲਾ ਹੈ। ਨਮੋ ਖੜਗ ਪਾਣੰ, ਖੜਗ ਕਿਹਾ ਜਾਂਦਾ ਹੈ ਤਲਵਾਰ ਨੂੰ, ਤਲਵਾਰ ਤੋਂ ਭਾਵ ਸ਼ਕਤੀ, ਬਲ ਨੂੰ, ਕਿ ਤਲਵਾਰ ਧਾਰਨ ਕਰਨ ਵਾਲਾ, ਸ਼ਕਤੀ ਧਾਰਨ ਕਰਨ ਵਾਲਾ, ਬਲ ਧਾਰਨ ਕਰਨ ਵਾਲਾ, ਜਿਹੜਾ ਉਹਦਾ ਮਾਲਕ ਸਰੂਪ ਹੈ, ਉਹਨੂੰ ਨਮਸਕਾਰ ਹੈ, ਉਸਨੂੰ ਪ੍ਰਣਾਮ ਹੈ। ਨਿਰੰਕਾਰ ਨਿਰਵਿਕਾਰ ਨਿਰੰਤਰ ਨਿਰਾਲੰ ਨਾ ਬ੍ਰਿਧੰ ਵਿਸੇਖੰ ਨਾ ਤਰਣੰ ਨਾ ਬਾਲੰ। ਨਿਰੰਕਾਰ ਨਿਰਵਿਕਾਰ ਵਿਕਾਰਾਂ ਤੋਂ ਮੁਕਤ ਹੈ, ਨਿਰੰਕਾਰ ਸਰੂਪ ਹੈ, ਨਿਰੰਤਰਣ ਜਿਹੜਾ ਯੰਤਰਾਂ ਦੇ ਵਿੱਚ ਵਧਿਆ ਨਹੀਂ ਜਾ ਸਕਦਾ, ਨਿਰਾਲੰਗ ਜਿਹੜਾ ਸਭ ਤੋਂ ਨਿਰਾਲਾ ਹੈ, ਉਹਦੇ ਵਰਗਾ ਹੋਰ ਕੋਈ ਹੋ ਹੀ ਨਹੀਂ ਸਕਦਾ, ਉਹਦੀ ਤੁਲਨਾ ਨਹੀਂ ਕਰ ਸਕਦੇ ਕਿ ਭਾਈ ਉਹਦੇ ਵਰਗਾ ਕੋਈ ਹੋਰ ਹੈ। ਠੀਕ ਹੈ ਜੀ। ਸੋ ਸਤਿਗੁਰੂ ਜੀ ਦੱਸ ਰਹੇ ਨੇ ਉਸ ਪਰਮ ਸ਼ਕਤੀ ਦੇ ਬਾਰੇ, ਨਾ ਬ੍ਰਿਧੰਗ ਵੀ ਸੇਖੰਗ ਨਾ ਤਰਣੰਗ ਨਾ ਬਾਲੰਗ, ਨਾ ਬ੍ਰਿਧ ਹੈ, ਨਾ ਬੁੱਢਾ ਹੈ, ਨਾ ਜਵਾਨ ਹੈ, ਨਾ ਬੱਚਾ ਹੈ। ਨਾ ਬ੍ਰਿਧੰਗ ਵੀ ਸੇਖੰਗ ਨਾ ਤਰਣੰਗ ਨਾ ਬਾਲੰਗ, ਨਾ ਬੱਚਾ ਹੈ, ਨਾ ਨੌਜਵਾਨ ਹੈ, ਤੇ ਨਾ ਬੁੱਢਾ ਹੈ, ਭਾਵ ਜੂਨਾਂ ਤੋਂ ਮੁਕਤ ਹੈ, ਜੂਨਾਂ ਤੋਂ ਨਿਰਾਲਾ ਹੈ, ਇਹਨਾਂ ਬੰਧਨਾਂ 'ਚ ਨਹੀਂ ਆਉਂਦਾ ਕਿ ਪਰਮਾਤਮਾ ਕਿਹੋ ਜਿਹਾ ਹੈ। ਨਾ ਰੋਕ ਨਾ ਰੰਕੰਗ ਨਾ ਰਾਯੰਗ ਨਾ ਰੂਪੰਗ ਨਾ ਰੇਖੰਗ ਨਾ ਰੰਗੰਗ ਨਾ ਰਾਗੰਗ ਅਪਾਰ ਅਪੇਖੰ। ਨਾ ਰੰਕੰਗ ਨਾ ਰਾਯੰਗ, ਰੰਕ ਕਿਹਾ ਜਾਂਦਾ ਹੈ ਭਿਖਾਰੀ ਨੂੰ, ਰਾਯੰਗ ਕਿਹਾ ਜਾਂਦਾ ਹੈ ਰਾਜੇ ਨੂੰ, ਨਾ ਭਿਖਾਰੀ ਹੈ, ਨਾ ਰਾਜਾ ਹੈ, ਨਾ ਰੂਪੰਗ ਨਾ ਰੇਖੰਗ, ਨਾ ਰੂਪਾਂ ਦੇ ਵਿੱਚ ਹੈ, ਨਾ ਰੇਖਾਵਾਂ ਦੇ ਵਿੱਚ ਵੱਧਾ ਹੋਇਆ। ਇਹਨਾਂ ਸਭ ਸ਼ਬਦਾਂ ਦੇ ਅਰਥ ਜੇਕਰ ਆਪ ਜੀ ਨੇ ਪਹਿਲਾਂ ਵਿਚਾਰ ਸਰਵਣ ਕੀਤੀ ਹੋਵੇ, ਤੇ ਆਪਾਂ ਬਹੁਤ ਵਾਰ ਸੰਗਤ ਜੀ ਕਰ ਚੁੱਕੇ ਹਾਂ ਕਿ ਜਿਹੜਾ ਰਾਜਿਆਂ ਦੇ ਵਿੱਚ ਵੀ ਹੈ ਤੇ ਭਿਖਾਰੀਆਂ ਦੇ ਵਿੱਚ ਵੀ ਹੈ, ਕਿਤੇ ਤੇ ਕਿਸੇ ਨੂੰ ਇੰਨਾ ਕੁ ਦਿੱਤਾ ਹੈ ਕਿ ਉਹਦੇ ਤੋਂ ਸਾਂਭਿਆ ਨਹੀਂ ਜਾਂਦਾ, ਤੇ ਕਿਤੇ ਭਿਖਾਰੀ ਬਣ ਕੇ ਮੰਗਤਾ ਫਿਰਦਾ ਹੈ। ਆਤਮਾ ਦਾ ਅੰਸ਼ ਉਹਦੇ 'ਚ ਵੀ ਹੈ, ਮੰਗਣ ਵਾਲੇ ਦੇ ਵਿੱਚ ਵੀ ਹੈ, ਤੇ ਆਤਮਾ ਦਾ ਅੰਸ਼ ਦੇਣ ਵਾਲੇ ਦੇ ਵਿੱਚ ਵੀ ਹੈ। ਦੇਣ ਵਾਲੇ ਦੇ ਵਿੱਚ ਵੀ ਪਰਮਾਤਮਾ
ਦਾਤਾਰ ਬਣ ਕੇ ਦੇ ਰਿਹਾ ਹੈ ਤੇ ਮੰਗਣ ਵਾਲੇ ਚ ਮੰਗਤਾ ਬਣ ਕੇ ਲੈ ਰਿਹਾ ਹੈ। ਭਾਵ ਦੇਣ ਵਾਲਾ ਵੀ ਆਪ ਹੈ, ਲੈਣ ਵਾਲਾ ਵੀ ਆਪ ਹੈ, ਰੂਪਾਂ ਚ ਵੀ ਆਪ ਹੈ, ਗੋਰਾ ਵੀ ਆਪ ਹੈ, ਕਾਲਾ ਵੀ ਆਪ ਹੈ, ਛੋਟਾ ਵੀ ਆਪ ਹੈ, ਵੱਡਾ ਵੀ ਆਪ ਹੈ, ਰੇਖਾਵਾਂ ਤੋਂ ਮੁਕਤ ਹੈ। ਭਾਵ ਕਿ ਉਹ ਰਾਜਾ ਵੀ ਹੈ, ਉਹ ਭਿਖਾਰੀ ਵੀ ਹੈ, ਪਰ ਕਿਸੇ ਕਹਿ ਨਹੀਂ ਸਕਦੇ ਕਿ ਪਰਮਾਤਮਾ ਰਾਜਾ ਹੀ ਹੈ ਜਾਂ ਪਰਮਾਤਮਾ ਭਿਖਾਰੀ ਹੈ, ਬੰਨ ਨਹੀਂ ਸਕਦੇ। ਜੇ ਤੁਸੀਂ ਆਪਣੇ ਆਪ ਨੂੰ ਬੰਨ ਲੈਂਦੇ ਨਾ ਜੀ, ਮੈਂ ਬਹੁਤ ਅਮੀਰ ਹਾਂ ਜਾਂ ਮੈਂ ਬਹੁਤ ਗਰੀਬ ਹਾਂ, ਮੈਂ ਫਲਾਣਾ ਜੀ ਮੈਂ ਫਲਾਣਾ, ਆਪਾਂ ਇੱਕ ਦਾਇਰੇ 'ਚ ਬੰਨ ਲੈਂਦੇ ਹਾਂ ਆਪਣੇ ਆਪ ਨੂੰ, ਪਰ ਉਹ ਪਰਮਾਤਮਾ ਨੂੰ ਕਿਸੇ ਦਾਇਰੇ 'ਚ ਬੰਨਿਆ ਨਹੀਂ ਜਾ ਸਕਦਾ। ਉਹ ਮੁਕਤ ਹੈ ਇਹਨਾਂ ਸਭ ਚੀਜ਼ਾਂ ਤੋਂ। ਨਾ ਰੂਪੰਗ ਨਾ ਰੇਖੰਗ, ਕੋਈ ਇੱਕ ਰੂਪ ਨਹੀਂ ਉਹਦਾ ਕਿ ਉਹ ਕਿਹੋ ਜਿਹਾ, ਜਿਹੋ ਜਿਹੋ ਜਿਹੀ ਭਾਵਨਾ ਹੈ ਉਹੋ ਜਿਹਾ ਦਰਸ਼ਨ ਦਿੰਦਾ। ਕਿਤੇ ਗਰੀਬ ਬਣ ਕੇ ਗਰੀਬ ਬਣ ਜਾਂਦਾ ਹੈ, ਕਿਤੇ ਅਮੀਰ ਬਣ ਕੇ ਅਮੀਰਾਂ ਨੂੰ ਦਰਸ਼ਨ ਦੇ ਦਿੰਦਾ ਹੈ, ਕਿਤੇ ਸਾਧੂਆਂ ਦੇ ਰੂਪ ਦੇ ਵਿੱਚ ਹੈ, ਕਿਤੇ ਭਿਖਾਰੀਆਂ ਦੇ ਰੂਪ ਦੇ ਵਿੱਚ ਹੈ, ਇੱਕ ਰੂਪ ਨਹੀਂ ਉਹਦਾ। ਨਾ ਰੇਖੰਗ ਤੇ ਨਾ ਰੇਖਾਵਾਂ ਦਾ ਮੁਕਤ ਹੈ, ਤੇ ਨਾ ਹੀ ਰੇਖਾਵਾਂ ਦੇ ਵਿੱਚ ਉਹਨੂੰ ਬੰਨਿਆ ਜਾ ਸਕਦਾ ਕਿ ਭਾਈ ਇੱਕ ਰੇਖਾ ਤੋਂ ਦੂਜੀ ਰੇਖਾ ਤੱਕ ਉਹਨੂੰ ਬੰਨ ਲਈਏ ਕਿ ਜੀ ਪਰਮਾਤਮਾ ਦਾ ਦਾਇਰਾ ਇੰਨਾ ਕਿ ਇਸ ਰੇਖਾ ਤੋਂ ਬਾਹਰ ਉਹ ਜਾ ਨਹੀਂ ਸਕਦਾ। ਨਾ ਰੰਗੰਗ ਨਾ ਰਾਗੰਗ ਅਪਾਰ ਅਭੇਖੰ, ਨਾ ਰੰਗਾਂ ਦਾ ਮੁਹਤਾਜ ਹੈ, ਨਾ ਰਾਗਾਂ ਦਾ ਬੱਧਾ ਹੋਇਆ ਹੈ, ਅਪਾਰ ਅਭੇਖੰ, ਉਹਦੇ ਭੇਖ ਅਨੇਕ ਹਨ ਜਿਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਸਾਰੇ ਰੰਗ ਉਹਦੇ ਬਣਾਏ ਨੇ, ਸਾਰੇ ਰੂਪ ਉਹਦੇ ਬਣਾਏ ਨੇ, ਜਿੰਨੇ ਭੇਖ ਨਦਰੀ ਪੈਂਦੇ ਨੇ ਸਭ ਉਹਦੇ ਨੇ, ਉਹ ਸਭ ਦੇ ਵਿੱਚ ਹੈ। ਗਿਣਤੀ ਮਿਣਤੀ ਅਸੀਂ ਨਹੀਂ ਲਾ ਸਕਦੇ ਕਿ ਪਰਮਾਤਮਾ ਕਿਹੋ ਜਿਹਾ ਹੈ। ਨਾ ਰੂਪੰਗ ਨਾ ਰੇਖੰਗ ਨਾ ਰੰਗੰਗ ਨਾ ਰਾਗੰਗ ਨਾ ਨਾਮੰਗ ਨਾ ਠਾਮੰਗ ਮਹਾਂ ਜੋਤ ਜਾਗੰਗ, ਕਿ ਉਹ ਪਰਮਾਤਮਾ, ਉਹ ਵਾਹਿਗੁਰੂ, ਉਹ ਨਿਰੰਕਾਰ ਜਿਹੜਾ ਰੂਪ ਰਹਿਤ ਹੈ, ਜਿਹੜਾ ਰੰਗ ਰਹਿਤ ਹੈ, ਜਿਹੜਾ ਰਾਗ ਰਹਿਤ ਹੈ, ਨਾ ਹੀ ਕਿਸੇ ਦੇ ਨਾਲ ਉਹਨੂੰ ਕੋਈ ਬਹੁਤਾ ਸਨੇਹ ਹੈ ਤੇ ਨਾ ਹੀ ਕਿਸੇ ਦੇ ਨਾਲ ਉਹਦਾ ਕੋਈ ਵੈਰ ਹੈ। ਜਿਵੇਂ ਸਾਡਾ ਤੇ ਉਹ ਹੈ ਨਾ, ਸਾਡੇ ਬੱਚੇ ਨੇ, ਸਾਡਾ ਪਰਿਵਾਰ ਹੈ, ਮੇਰੀ ਘਰਵਾਲੀ ਹੈ, ਮੇਰੇ ਬੱਚੇ ਨੇ, ਮੇਰੇ ਮਾਤਾ ਪਿਤਾ ਨੇ, ਤੇ ਆਉਂਦਾ ਹੈ ਤੇ ਇਹ ਜੀ ਮੇਰਾ ਦੁਸ਼ਮਣ ਹੈ, ਇਹ ਮੇਰਾ ਵੈਰੀ ਹੈ, ਇਹਨੇ ਮੇਰਾ ਨੁਕਸਾਨ ਕੀਤਾ, ਉਹਦੇ ਤੇ ਕ੍ਰੋਧ ਵੀ ਆਉਂਦਾ ਹੈ। ਪਰ ਉਹ ਪਰਮਾਤਮਾ ਇਹਨਾਂ ਬੰਧਨਾਂ ਤੋਂ ਮੁਕਤ ਹੈ, ਉਹਨੂੰ ਨਾ ਤਾਂ ਕਿਸੇ ਦਾ ਮੋਹ ਆਉਂਦਾ ਹੈ ਤੇ ਨਾ ਕਿਸੇ ਦੇ ਨਾਲ ਉਹ ਵੈਰ ਕਰਦਾ ਹੈ। ਤੇ ਫਿਰ ਅਸੀਂ ਇਹ ਸਵਾਲ ਕਰਾਂਗੇ ਜੀ, ਜੇ ਉਹ ਕਿਸੇ ਦੇ ਨਾਲ ਮੋਹ ਨਹੀਂ ਕਰਦਾ, ਫਿਰ ਅਸੀਂ ਕਿੱਦਾਂ ਕਹਿ ਦਿੰਦੇ ਹਾਂ ਕਿ ਉਹ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ? ਉਹ ਸਰੀਰ ਕਰਕੇ ਕਿਸੇ ਦੇ ਨਾਲ ਮੋਹ ਨਹੀਂ ਕਰਦਾ ਕਿ ਇਹ ਮੇਰਾ ਪੁੱਤਰ ਹੈ ਜਾਂ ਮੇਰੀ ਕੁੱਲ ਚੋਂ ਹੈ, ਮੈਂ ਇਹਦਾ ਮੋਹ ਕਰਨਾ। ਨਹੀਂ ਭਾਈ, ਉਹ ਮੋਹ ਕਰਦਾ ਕਿ ਇਹ ਮੇਰਾ ਨਾਮ ਜਪਦਾ, ਇਹ ਮੇਰੀ ਬਾਣੀ ਪੜ੍ਹਦਾ, ਮੇਰੇ ਰਸਤੇ 'ਤੇ ਚੱਲਦਾ, ਉਹਦੇ ਨਾਲ ਉਹਦਾ ਪਿਆਰ ਹੈ। ਸਰੀਰ ਕਰਕੇ, ਕੁੱਲ ਕਰਕੇ, ਜਾਤ ਕਰਕੇ, ਧਰਮ ਕਰਕੇ ਕਿਸੇ ਦੇ ਨਾਲ ਉਹਦਾ ਕੋਈ ਸਨੇਹ ਨਹੀਂ, ਤੇ ਨਾ ਹੀ ਕਿਸੇ ਦੇ ਨਾਲ ਕੋਈ ਵੈਰ ਹੈ ਕਿ ਜੀ ਮੈਂ ਮੁਸਲਮਾਨਾਂ ਦੇ ਨਾਲ ਪਿਆਰ ਨਹੀਂ ਕਰਦਾ, ਮੈਂ ਹਿੰਦੂ ਨਾਲ ਪਿਆਰ ਨਹੀਂ ਕਰਦਾ, ਕੇਵਲ ਸਿੱਖਾਂ ਨੂੰ ਬਹੁਤਾ ਤਰਜੀਹ ਦਿੰਦਾ। ਨਹੀਂ, ਉਹਦੇ ਵਾਸਤੇ ਸਭ ਬਰਾਬਰ ਨੇ, ਜਿਹੜੇ ਉਹਦੇ ਹੁਕਮ ਨੂੰ ਮੰਨਦੇ ਨੇ ਉਹਦੇ ਪਿਆਰੇ ਨੇ, ਜਿਹੜੇ ਉਹਦੇ ਹੁਕਮ ਤੋਂ ਆਕੀ ਨੇ ਉਹ ਕਿਸੇ ਧਰਮ ਦੇ ਹੋਣ, ਉਹਨਾਂ ਦੇ ਨਾਲ ਉਹਦਾ ਸਨੇਹ ਕੋਈ ਨਹੀਂ। ਤੇ ਇੱਥੇ ਸਤਿਗੁਰੂ ਜੀ ਇਹ ਸਮਝਾ ਰਹੇ ਨੇ ਕਿ ਉਹਦਾ ਕਿਸੇ ਦੇ ਨਾਲ ਕੋਈ ਵਿਸ਼ੇਸ਼ ਜਿਹੜਾ ਹੈ ਉਹ ਪਿਆਰ, ਕੋਈ ਸਨੇਹ ਨਹੀਂ, ਨਾ ਨਾਮੰਗ ਨਾ ਠਾਮੰਗ, ਨਾ ਕੋਈ ਉਹਦਾ ਨਾਂ ਹੈ ਤੇ ਨਾ ਕੋਈ ਉਹਦਾ ਟਿਕਾਣਾ ਹੈ। ਜਿਵੇਂ ਸਾਡੇ ਨਾਂ ਨੇ ਨਾ, ਨਾਂ ਲੈ ਕੇ ਅਸੀਂ ਬੁਲਾਉਂਦੇ ਹਾਂ ਤੇ ਪਤਾ ਲੱਗਦਾ ਹੈ ਕਿ ਭਾਈ ਇਹ ਫਲਾਣਾ ਬੰਦਾ, ਇਹ ਫਲਾਣਾ ਬੰਦਾ ਹੈ, ਜੇ ਨਾਂ ਲਈਏ ਤੇ ਪਹਿਚਾਣ ਨਹੀਂ ਹੁੰਦੀ। ਪਰ ਉਹ ਪਰਮਾਤਮਾ ਨੂੰ ਜਿਹੜਾ ਹੈ ਉਹ ਅਨੇਕਾਂ ਨਾਵਾਂ ਦੇ ਨਾਲ ਪੁਕਾਰਿਆ ਜਾਂਦਾ ਹੈ, ਕੋਈ ਰਾਮ ਕਹਿੰਦਾ ਹੈ, ਕੋਈ ਸ਼ਾਮ ਕਹਿੰਦਾ ਹੈ, ਕੋਈ ਅੱਲਾ ਕਹਿੰਦਾ ਹੈ, ਕੋਈ ਵਾਹਿਗੁਰੂ ਕਹਿੰਦਾ ਹੈ, ਕੋਈ ਨਿਰੰਕਾਰ ਕਹਿੰਦਾ ਹੈ, ਕੋਈ ਮਿੱਤਰ ਕਹਿੰਦਾ ਹੈ, ਕੋਈ ਸੱਜਣ ਕਹਿੰਦਾ ਹੈ, ਕੋਈ ਪਿਆਰਾ ਕਹਿੰਦਾ ਹੈ, ਜਿਹੋ ਜਿਹੋ ਜਿਹੀ ਕਿਸੇ ਦੀ ਬਿਰਤੀ ਹੈ। ਕੋਈ ਇੱਕ ਪੱਕਾ ਨਾਂ ਨਹੀਂ ਹੈ ਉਹਦਾ ਕਿ ਅਸੀਂ ਇੱਕੋ ਨਾਂ ਦੇ ਨਾਲ ਉਹਨੂੰ ਬੁਲਾਉਣਾ ਹੈ, ਨਾ ਨਾਮੰਗ ਨਾ ਠਾਮੰਗ, ਤੇ ਨਾ ਹੀ ਕੋਈ ਪੱਕਾ ਟਿਕਾਣਾ ਹੈ ਕਿ ਜੀ ਪਰਮਾਤਮਾ ਕੇਵਲ ਗੁਰਦੁਆਰੇ 'ਚ ਰਹਿੰਦਾ ਹੈ, ਮਸਜਿਦ 'ਚ ਹੈ ਨਹੀਂ, ਮੰਦਰ 'ਚ ਹੈ ਨਹੀਂ, ਜਾਂ ਬਾਹਰ ਨਹੀਂ ਹੈਗਾ, ਕੇਵਲ ਗੁਰਦੁਆਰਾ ਸਾਹਿਬ ਹੀ ਹੈ। ਉਹ ਪਰਮਾਤਮਾ ਨੂੰ ਯਾਦ ਕਰਨ ਵਾਸਤੇ ਸਥਾਨ ਨੇ, ਪਰ ਉਹਨਾਂ ਸਥਾਨਾਂ ਦਾ ਮੁਹਤਾਜ ਨਹੀਂ। ਠਾਮੰਗ ਕਿਸੇ ਇੱਕ ਟਿਕਾਣੇ 'ਤੇ ਬੱਧਾ ਹੋਇਆ ਨਹੀਂ ਕਿ ਪਰਮਾਤਮਾ ਨੂੰ ਅਸੀਂ ਉੱਥੇ ਬੰਨ੍ਹ ਕੇ ਰੱਖ ਦਿੱਤਾ ਭਾਈ ਉਹ ਬਾਹਰ ਨਹੀਂ ਨਿਕਲ ਸਕਦਾ। ਨਹੀਂ ਭਾਈ, ਉਹ ਹਰ ਜਗ੍ਹਾ ਦੇ ਉੱਪਰ ਹੈ। ਨਾ ਨਾਮੰਗ ਨਾ ਠਾਮੰਗ, ਨਾ ਤਾਂ ਉਹਦਾ ਕੋਈ ਪੱਕਾ ਇੱਕ ਨਾਂ ਬੰਨ ਸਕਦੇ ਅਸੀਂ,
ਤੇ ਨਾ ਹੀ ਕਿਸੇ ਟਿਕਾਣੇ ਦੇ ਉੱਪਰ ਉਹਨੂੰ ਰੋਕਿਆ ਜਾਂ ਬੰਨਿਆ ਜਾ ਸਕਦਾ ਹੈ। ਮਹਾਜੋਤ ਜਾਗੰ ਨਾ ਨਾਮੰ ਨਾ ਠਾਵੰ ਮਹਾਜੋਤ ਜਾਗੰ, ਉਹ ਪਰਮਾਤਮਾ ਉਹ ਵਾਹਿਗੁਰੂ ਨਿਰੰਕਾਰ ਜਿਹੜਾ ਮਹਾਜੋਤ ਜਾਗੰ ਜਾਗਦੀ ਜੋਤ ਸਰੂਪ ਹੈ, ਹੈ ਰਹੇਗਾ ਤੇ ਪਹਿਲਾਂ ਵੀ ਸੀ, ਮਰਦਾ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਵੀ ਤੇ ਅਸੀਂ ਇਹ ਕਹਿੰਦੇ ਉਹਨਾਂ ਨੇ ਜਾਗਤ ਜੋਤ ਗੁਰੂ ਨੇ ਸਾਡੇ ਕਿ ਜਿਹੜੀ ਜਗਦੀ ਜੋਤ ਹੈ ਹਾਜ਼ਰ ਨੇ ਮੌਜੂਦ ਨੇ, ਤੇ ਉਹ ਪਰਮਾਤਮਾ ਜਿਹੜਾ ਹਾਜ਼ਰ ਹੈ ਮੌਜੂਦ ਹੈ ਮਹਾਜੋਤ ਜਾਗੰ, ਜਿਹੜੀ ਮਹਾਜੋਤ ਜਗਦੀ ਜੋਤ ਹੈ ਉਸਦਾ ਸਤਿਗੁਰੂ ਜੀ ਜ਼ਿਕਰ ਕਰ ਰਹੇ ਹਨ। ਨਾ ਦੁਆਇਕੰ ਨਾ ਭੇਕੰ ਨਿਰੰਕਾਰ ਨਿਰੰਤੰ ਮਹਾਯੋਗ ਯੋਗੰ ਸੋ ਪਰਮ ਪਵਿੱਤਰੰ। ਨਾ ਦੁਆਇਕੰ ਨਾ ਭੇਕੰ, ਨਾ ਕਿਸੇ ਨਾਲ ਦੁਆਇਕ ਹੈ ਤੇ ਨਾ ਹੀ ਉਹਦਾ ਕੋਈ ਭੇਕ ਹੈ ਕਿ ਭਾਈ ਕਦੇ ਕੋਈ ਰੰਗ ਵਟਾ ਲਿਆ ਤੇ ਕਦੇ ਕੋਈ ਰੰਗ ਵਟਾ ਲਿਆ। ਉਹ ਨਿਰੰਕਾਰ ਹਮੇਸ਼ਾ ਆਪਣੀ ਮਰਜ਼ੀ ਮੁਤਾਬਕ ਚੱਲਦਾ ਹੈ, ਕਿਸੇ ਇੱਕ ਰੰਗ ਦਾ ਕਿਸੇ ਇੱਕ ਭੇਕ ਦਾ ਮੁਹਤਾਜ ਨਹੀਂ। ਨਿਰੰਕਾਰ ਨਿਰੰਤਰ, ਨਿਰੰਕਾਰ ਹੈ ਜਿਹਦਾ ਕੋਈ ਆਕਾਰ ਨਹੀਂ, ਨਿਰੰਤਰੰ ਜਿਹੜਾ ਹਮੇਸ਼ਾ ਚੱਲਦਾ ਰਹਿੰਦਾ ਹੈ ਨਿਰੰਤਰ। ਇਹ ਨਹੀਂ ਕਿ ਅੱਜ ਹੈ ਤੇ ਕੱਲ੍ਹ ਨਹੀਂ, ਹੈਗਾ ਹੈ ਰਹੇਗਾ ਤੇ ਸੀ, ਹਮੇਸ਼ਾ ਚੱਲਦਾ ਰਹਿੰਦਾ ਹੈ ਲਗਾਤਾਰ। ਸਾਡੇ ਵਰਗਾ ਨਹੀਂ ਕਿ ਭਾਈ ਦਿਨੇ ਜਾਗਦੇ ਹਾਂ ਤੇ ਰਾਤੀ ਸੌਂ ਗਏ ਹਾਂ, ਨਹੀਂ ਭਾਈ, ਉਹ ਅੱਠੇ ਪਹਿਰ ਹਰ ਘੜੀ ਹਰ ਪਲ ਜਾਗਤ ਜੋਤ ਹੈ, ਨਿਰੰਤਰ ਹੈ। ਮਹਾਯੋਗ ਯੋਗੰ ਸੋ ਪਰਮ ਪਵਿੱਤਰੰ, ਜਿਹੜਾ ਯੋਗਾਂ ਦਾ ਵੀ ਯੋਗ ਹੈ, ਜਿਹੜੇ ਯੋਗੀ ਤਪੱਸਿਆ ਕਰਦੇ ਨੇ ਸਿੱਧ ਕਰਦੇ ਨੇ ਕਿ ਭਾਈ ਯੋਗੀਆਂ ਨੇ ਯੋਗ ਧਾਰਨ ਕਰ ਲਏ, ਆਪਣੇ ਆਪ ਨੂੰ ਤਾਕਤਾਂ ਬਲ ਨਿਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ, ਮਹਾਯੋਗ ਯੋਗੰ, ਉਹਨਾਂ ਯੋਗੀਆਂ ਦਾ ਵੀ ਮਹਾਸਰੂਪ ਹੈ, ਉਹ ਇਹਨਾਂ ਯੋਗ ਸਾਧਨਾਵਾਂ ਦਾ ਮੁਹਤਾਜ ਨਹੀਂ। ਯੋਗ ਦੁਆਰਾ ਸਿੱਧੀਆਂ ਦੁਆਰਾ ਕੁਝ ਇੱਕ ਤਾਕਤਾਂ ਲਈਆਂ ਜਾ ਸਕਦੀਆਂ ਹਨ, ਪਰ ਉਹ ਇਹਨਾਂ ਤਾਕਤਾਂ ਦਾ ਵੀ ਬਲ ਸਰੂਪ ਜਿਹੜਾ ਪਰਮਾਤਮਾ ਤਾਕਤਾਂ ਦੇਣ ਵਾਲਾ ਆਪ ਹੈ। ਯੋਗੀਆਂ ਦਾ ਵੀ ਯੋਗ ਪਰਮ ਪਵਿੱਤਰੰ, ਤੇ ਜਿਹੜਾ ਪਵਿੱਤਰਾਂ ਦਾ ਵੀ ਪਵਿੱਤਰ ਹੈ, ਜਿਹੜੇ ਆਪਣੇ ਆਪ ਨੂੰ ਮੰਨਦੇ ਨੇ ਕਿ ਅਸੀਂ ਪਵਿੱਤਰ ਹਾਂ ਜੀ, ਅਸੀਂ ਬੜੇ ਸਾਫ਼ ਸੁਥਰੇ ਹਾਂ, ਸਾਡਾ ਮਨ ਨਿਰਮਲ ਹੈ, ਉਹ ਪਰਮਾਤਮਾ ਪਵਿੱਤਰਾਂ ਦਾ ਵੀ ਪਵਿੱਤਰ ਸਰੂਪ ਹੈ, ਉਹਦੇ ਵਰਗਾ ਹੋਰ ਕੋਈ ਪਵਿੱਤਰ ਹੋ ਨਹੀਂ ਸਕਦਾ। ਸਤਿਗੁਰੂ ਜੀ ਉਸ ਨਿਰੰਕਾਰ ਦੀ ਗੱਲ ਕਰ ਰਹੇ ਨੇ। ਅਜੇ ਅੰਗ ਭੇਅੰਗ ਨਾਮੰਗ ਠਾਮੰ ਮਹਾਯੋਗ ਯੋਗੰ ਮਹਾਕਾਮ ਕਾਮੰ ਲੇਖੰ ਭੇਕੰ ਨੀਲੰਗ ਨਾਦੰ ਪਰੇਅੰ ਪਵਿੱਤਰੰ ਸਦਾ ਨਿਰਭਖਿਆਦੰ। ਉਹ ਨਾਵਾਂ ਤੋਂ ਮੁਕਤ ਹੈ, ਉਹ ਰੰਗਾਂ ਤੋਂ ਮੁਕਤ ਹੈ, ਉਹ ਹਰ ਜਗ੍ਹਾ ਮੌਜੂਦ ਹੈ। ਮਹਾਯੋਗ ਯੋਗੰ, ਯੋਗੀਆਂ ਦਾ ਵੀ ਯੋਗ ਹੈ, ਮਹਾਯੋਗਾਂ ਦਾ ਵੀ ਮਹਾਯੋਗ ਪਰਮਾਤਮਾ ਹੈ। ਮਹਾਕਾਮ ਕਾਮੰ, ਕਾਮ ਦਾ ਵੀ ਮਹਾਕਾਮ ਰੂਪ ਹੈ, ਕਾਮ ਨੂੰ ਜਿੱਤਣ ਵਾਲਾ ਵੀ ਹੈ ਤੇ ਕਾਮਨਾਵਾਂ ਨੂੰ ਪੂਰਨ ਕਰਨ ਵਾਲਾ ਵੀ ਉਹ ਪਰਮਾਤਮਾ ਹੈ। ਭਾਵ ਜਿਹੜੀ ਕਾਮ ਦੀ ਬਿਰਤੀ ਹੈ, ਇਹ ਵੱਡੇ ਵੱਡੇ ਯੋਗੀਆਂ ਸਿੱਧੀਆਂ ਨੂੰ ਲੈ ਬੈਠੀ, ਪਰ ਉਹ ਪਰਮਾਤਮਾ ਇਸ ਕਾਮ ਦੀ ਬਿਰਤੀ ਤੇ ਵੀ ਕਾਬੂ ਪਾਉਣ ਵਾਲਾ ਹੈ। ਤੇ ਇੱਥੇ ਕਾਮ ਕਾਮੰ ਤੇ ਕਾਮਨਾਵਾਂ ਜਿਹੜੀਆਂ ਸਾਡੀਆਂ ਮੰਗਾਂ ਨੇ, ਸਾਡੀਆਂ ਆਸਾਂ ਨੇ, ਸਾਡੀਆਂ ਉਮੀਦਾਂ ਨੇ, ਉਹਨਾਂ ਨੂੰ ਵੀ ਪੂਰਾ ਕਰਨ ਦਾ ਬਲ ਜਿਹਦੇ ਕੋਲ ਹੈ। ਮਹਾਕਾਮ ਕਾਮੰ ਇੱਛਾ ਪੂਰਕ ਸਰਬ ਸੁਖ ਦਾਤਾ ਜਾ ਕੇ ਵਸ ਹੈ ਕਾਮ ਧੇਨਾ, ਕਿ ਜਿਹੜਾ ਇੱਛਾਵਾਂ ਨੂੰ ਪੂਰਨ ਕਰਨ ਵਾਲਾ ਹੈ ਉਸ ਪਰਮਾਤਮਾ, ਉਸ ਨਿਰੰਕਾਰ ਦੀ ਵਾਹਿਗੁਰੂ ਜੀ ਗੱਲ ਕਰ ਰਹੇ ਹਨ। ਅਲੇਖੰ ਭੇਖੰ ਅਨੀਲੰ ਅਨਾਦੰ ਭਰੇਅੰ ਪਵਿੱਤਰੰ ਸਦਾ ਨਿਰਭਖਿਆਦੰ। ਜਿਹੜਾ ਅਨੀਲ ਹੈ, ਅਨਾਦ ਹੈ, ਵਾਹਿਗੁਰੂ ਅਲੇਖ ਹੈ, ਲਿਖਿਆ ਨਹੀਂ ਜਾ ਸਕਦਾ, ਅਭੇਖ ਹੈ, ਜਿਹਦੇ ਭੇਖਾਂ ਦਾ ਪਤਾ ਹੀ ਨਹੀਂ, ਰੰਗਾਂ ਦਾ ਪਤਾ ਹੀ ਨਹੀਂ, ਪਰੇਅੰ ਪਵਿੱਤਰੰ ਸਦਾ ਨਿਰਭਖਿਆਦੰ, ਤੇ ਹਮੇਸ਼ਾ ਪਵਿੱਤਰ ਸੀ, ਪਵਿੱਤਰ ਹੈ ਤੇ ਪਵਿੱਤਰ ਰਹੇਗਾ, ਤੇ ਮੁੱਢ ਤੋਂ ਹੀ ਨਿਰਭਖਿਆਦੰ, ਜਿਹੜਾ ਵਿਵਾਦਾਂ ਤੋਂ ਰਹਿਤ ਹੈ, ਭਾਵ ਚੰਗੀਆਂ ਮਾੜੀਆਂ ਗੱਲਾਂ 'ਚ ਉਲਝਿਆ ਹੋਇਆ ਨਹੀਂ, ਆਹ ਚੰਗਾ ਹੈ ਆਹ ਮਾੜਾ ਹੈ, ਅੱਜ ਚੰਗਾ ਕਰ ਦਿੱਤਾ ਕੱਲ੍ਹ ਮਾੜਾ ਕਰ ਦਿੱਤਾ, ਅੱਜ ਪਾਪ ਹੋ ਗਿਆ ਕੱਲ੍ਹ ਪੁੰਨ ਹੋ ਗਿਆ, ਨਹੀਂ, ਉਹ ਇਹਨਾਂ ਸਭ ਚੀਜ਼ਾਂ ਤੋਂ ਮੁਕਤ ਹੈ, ਵਿਵਾਦਾਂ ਤੋਂ ਪਰੇ ਹੈ ਉਸ ਪਰਮਾਤਮਾ, ਉਸ ਨਿਰੰਕਾਰ ਦੀ ਸਤਿਗੁਰੂ ਜੀ ਉਹ ਗੱਲ ਕਰ ਰਹੇ ਹਨ।
ਸੋ ਸੰਗਤ ਜੀ, ਅੱਜ ਦੇ ਵਿਚਾਰ ਨੂੰ ਆਪਾਂ ਇੱਥੇ ਤੱਕ ਹੀ ਸੀਮਤ ਕਰਾਂਗੇ। ਇਸ ਤੋਂ ਅੱਗੇ ਮੇਰੇ ਸਤਿਗੁਰੂ ਜੀ ਕਿਰਪਾ ਕਰਨਗੇ ਅਤੇ ਅਗਲੀ ਵਿਚਾਰ ਅਗਲੇ ਹਫ਼ਤੇ ਆਪਾਂ ਜਿਹੜੀ ਹੈ ਉਹ ਪ੍ਰਾਰੰਭ ਕਰਾਂਗੇ। ਸੋ ਅੱਜ ਜੋ ਵਿਚਿੱਤਰ ਨਾਟਕ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਚਨਾ ਦੀ ਆਪਾਂ ਵਿਚਾਰ ਸਰਵਣ ਕੀਤੀ ਹੈ, ਯਤਨ ਕਰੀਏ, ਅਰਦਾਸ ਕਰੀਏ ਕਿ ਸਤਿਗੁਰੂ ਕਿਰਪਾ ਕਰਕੇ ਸਾਨੂੰ ਸਮਝਣ ਦੀ ਬਲ ਬੁੱਧ ਬਖਸ਼ ਦੇਣ ਅਤੇ ਆਉਣ ਵਾਲੇ ਸਮੇਂ ਦੇ ਦੌਰਾਨ ਵੱਖੋ ਵੱਖਰੇ ਗੁਰੂ ਘਰਾਂ ਤੋਂ ਵੱਖੋ ਵੱਖਰੇ ਗੁਰਮੁਖ ਪਿਆਰਿਆਂ ਨੇ ਜਿਨ੍ਹਾਂ ਨੇ ਪ੍ਰੋਗਰਾਮ ਸਰਵਣ ਕੀਤੇ ਨੇ ਕਥਾ ਵਿਚਾਰ ਵਾਸਤੇ, ਸਤਿਗੁਰ ਦੇ ਸ਼ਬਦ ਦੇ ਪ੍ਰਚਾਰ ਵਾਸਤੇ, ਜਿੱਥੋਂ ਜਿੱਥੋਂ ਹੁਕਮ ਲੱਗੇ ਨੇ, ਬੇਨਤੀਆਂ ਕੀਤੀਆਂ ਨੇ, ਉਹਨਾਂ ਸਥਾਨਾਂ ਤੋਂ ਵੀ ਆਪ ਸੰਗਤਾਂ ਦੇ ਰੂਬਰੂ ਹੋਣਾ ਹੈ। ਸੋ ਆਪ ਸੰਗਤਾਂ ਵੀ ਜੇਕਰ ਗੁਰਮੁਖੀ ਦੇ, ਗੁਰਸਿੱਖੀ ਦੇ ਪ੍ਰਚਾਰ ਵਾਸਤੇ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਬੇਅੰਤ ਬਾਣੀਆਂ ਦੇ ਪ੍ਰਚਾਰ ਵਾਸਤੇ ਸੇਵਾਵਾਂ ਲੈਣਾ ਚਾਹੁੰਦੇ ਹੋ ਜਾਂ ਕਥਾ ਪ੍ਰਚਾਰ ਬੁੱਕ ਕਰਾਉਣਾ ਚਾਹੁੰਦੇ ਹੋ, ਸੋ ਆਪ ਜੀ ਆਵਾਜ਼ੇ ਕੌਮ ਟੀਵੀ ਦੇ ਨਾਲ ਸੰਪਰਕ ਕਰ ਸਕਦੇ ਹੋ। ਸੋ ਦਾਸ ਤੱਕ ਆਪ ਜੀ ਦਾ ਸੁਨੇਹਾ ਪਹੁੰਚਦਾ ਕਰ ਦੇਣਗੇ ਅਤੇ ਆਉਣ ਵਾਲੇ ਸਮੇਂ ਦੌਰਾਨ ਜਿੱਥੋਂ ਜਿੱਥੋਂ ਡਿਊਟੀਆਂ ਲੱਗੀਆਂ ਨੇ ਉੱਥੋਂ ਵੀ ਆਪ ਜੀ ਦੇ ਦਰਸ਼ਨ ਕਰਾਂਗੇ। ਅਤੇ ਆਵਾਜ਼ੇ ਕੌਮ ਟੀਵੀ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਤਹਿ ਦਿਲੋਂ ਜਿਨ੍ਹਾਂ ਨੇ ਉਪਰਾਲਾ ਕਰਕੇ ਸਤਿਗੁਰੂ ਜੀ ਦੀ ਇਸ ਬੇਅੰਤ ਬਾਣੀ ਦਾ ਸਿੱਧਾ ਪ੍ਰਸਾਰਣ, ਲੜੀਵਾਰ ਪ੍ਰਸਾਰਣ ਆਪ ਸੰਗਤਾਂ ਦੇ ਰੂਬਰੂ ਕਰਦੇ ਨੇ। ਇਹਨਾਂ ਦਾ ਵੀ ਭਾਈ ਸਾਥ ਦਿਓ ਅਤੇ ਭਾਈ ਜਸਵੀਰ ਸਿੰਘ ਜੀ ਪਾਲ ਜਿਹੜੇ ਸਾਰੇ ਪ੍ਰੋਗਰਾਮਾਂ ਦੀ ਸੇਵਾ ਲੈ ਰਹੇ ਨੇ, ਪਹਿਲੇ ਦਿਨ ਤੋਂ ਹੋਰ ਵੀ ਸੰਗਤਾਂ ਨੇ ਸੇਵਾਵਾਂ ਲਈਆਂ ਨੇ ਅਤੇ ਉਹਨਾਂ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਉਪਰਾਲਾ ਕੀਤਾ ਹੈ ਕਿ ਭਾਈ ਮੈਂ ਸਾਰੀ ਸੇਵਾ ਲੈਣੀ ਚਾਹੁੰਦਾ ਕਿ ਗੁਰੂ ਸਾਹਿਬ ਜੀ ਦੇ ਸ਼ਬਦ ਦੇ ਪ੍ਰਚਾਰ ਦੀ ਸੇਵਾ ਮੇਰੇ ਜ਼ਿੰਮੇ ਲਾਈ ਜਾਵੇ। ਉਹਨਾਂ ਦਾ ਵੀ ਧੰਨਵਾਦ ਅਤੇ ਆਪ ਸੰਗਤਾਂ ਵੀ ਜ਼ਰੂਰ ਹਿੱਸਾ ਪਾ ਕੇ ਇਹਨਾਂ ਗੁਰਮੁਖਾਂ ਦਾ ਸਾਥ ਦਿਓ ਤਾਂ ਜੋ ਸਤਿਗੁਰੂ ਜੀ ਦੀ ਬਾਣੀ ਦਾ ਪ੍ਰਸਾਰ ਹੋ ਸਕੇ। ਹੋਈਆਂ ਬਿੰਦ ਗਲਤੀਆਂ ਭੁੱਲਾਂ ਦੀ ਖਿਮਾ, ਅੱਗੇ ਸਤਿਗੁਰ ਨੇ ਸਵਾਸ ਬਖਸ਼ੇ ਤਾਂ ਅਗਲੇ ਹਫ਼ਤੇ ਆਪ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।